ਪਾਪਾ ਹਮੇਸ਼ਾ ਕਹਿੰਦੇ ਹੁੰਦੇ ਸੀ ਜੇ ਗਾਉਣਾ ਤਾਂ ਜਸਵਿੰਦਰ ਬਰਾੜ ਤੋਂ ਗਾਉਣਾ ਹੈ ਪ੍ਰੋਗਰਾਮ ਤੋਂ ਜਿੱਦਾਂ ਵਾਪਸ ਆਉਣੇ ਆ ਜਾਣੇ ਆ ਤਾਂ ਜਦੋਂ ਕੋਹਲੀਆ ਜੀ ਨਾਲ ਹੁੰਦੇ ਆ ਤਾਂ ਤਰਨਪ੍ਰੀਤ ਦੀ ਗਾਣੀ ਹੀ ਚੱਲਦੀ ਆ ਸੱਜਣਾਂ ਸਾਨੂੰ ਕੋਈ ਵੀ ਕੰਮ ਨੂੰ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਸਾਨੂੰ ਆ ਔਖਾ ਲੱਗਦਾ ਤੇ ਆ ਔਖਾ ਲੱਗਦਾ ਹੋ ਬੰਨੇ ਚੰਨ ਆਸ਼ਕੀ ਦਇਅੰਤ ਮੜਾ ਹੈ ਅੱਜ ਕੱਲ ਨੈਟ ਦਾ ਕਸੂਰ ਸਾਰਾ ਹੈ ਕਿ ਮੈਂ ਤੁਹਾਡੇ ਜਰੀਏ ਆਤਮਾ ਬਾਈ ਜੀ ਨੂੰ ਜਾਣਨ ਲੱਗੀ ਆ। ਹੋ ਜੋੜੀਆਂ ਜੱਗ ਵਿੱਚ ਹੁਣ ਥੋੜੀਆਂ ਕਹਿੰਦੇ ਸੱਚ ਸਿਆਣੇ ਵੇ ਰਿਸ਼ਤੇ ਵਿੱਚ ਵਿਚੋਲਾ ਪਾਇਆ ਕਹਿੰਦੇ ਜੀ ਮਾਰ ਕੇ ਖੰਜਰ ਅਖਦਾ ਮੈਨੂੰ ਕੱਖੋਂ ਕੀਤੇ ਹੀ ਲੱਖਦਾ ਮੈਨੂੰ ਤੇਰਾ ਰੂਪ ਵੀ ਸਜਰਾ ਰਹਿੰਦਾ ਆਪਣੇ ਨਾਲ ਜੇ ਰੱਖਦਾ ਮੈਨੂੰ ਵੱਧ ਫਿਕਰ ਹੈ ਤੇਰੇ ਨਾਲੋਂ ਵੱਧ ਫਿਕਰ ਹੈ ਤੇਰੇ ਨਾਲੋਂ ਸੱਜਣਾ ਤੇਰੇ ਪੱਖ ਦਾ ਮੈਨੂੰ ਸੱਜਣਾ ਇਸ਼ਕ ਤੇ ਆਨੇ ਲਾਇਆ ਸੱਜਣਾ ਇਸ਼ਕ ਤੇ ਆਨੇ ਲਾਇਆ ਲੋਕਾਂ ਲਈ ਵੱਖ ਦਾ ਮੈਨੂੰ ਲੋਕਾਂ ਚਾਤਰ ਕਰ ਦਿੱਤਾ ਹੈ ਪਤਾ ਨਹੀਂ ਸੀ ਕੱਖ ਦਾ ਮੈਨੂੰ ਪਤਾ ਨਹੀਂ ਸੀ ਕੱਖ ਦਾ ਮੈਨੂੰ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਮੈਂ ਅਮਨ ਚਾਦਲਾ ਤੇ ਤੁਸੀਂ ਦੇਖ ਰਹੇ ਹੋ ਰੰਗ ਪੰਜਾਬ ਦੇ ਅੱਜ ਆਪਣੇ ਨਾਲ ਜਿਹੜੇ ਮਹਿਮਾਨ ਨੇ ਜਿਹੜੇ ਵੀ ਸੈਲੀਬ੍ਰਿਟੀ ਨੇ ਉਹਨਾਂ ਦਾ ਨਾਮ ਵੈਸੇ ਤਾਂ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਹੈ ਪਰ ਫਿਰ ਵੀ ਮੈਂ ਉਹਨਾਂ ਦਾ ਤਾਰਫ ਕਰਵਾਉਣਾ ਚਾਹੂਗੀ ਕਿ ਅੱਜ ਆਪਣੇ ਨਾਲ ਨੇ ਮੈਮ ਐਸਕੋਰਜੀ ਇਹਨਾਂ ਦੀ ਆਵਾਜ਼ ਹੈ ਜਿਹੜੀ ਬਹੁਤ ਹੀ ਪਿਆਰੀ ਹੈ ਫੋਕ ਟੱਚ ਵੀ ਹੈ ਤੇ ਹਿਪ ਹੌਪ ਵਾਲੀ ਗਾਇਕੀ ਦੇ ਵਿੱਚ ਵੀ ਇਹ ਮਾਹਿਰ ਨੇ ਸੋ ਮੈਂ ਖੁਸ਼ੀ ਲੈ ਰਹੀ ਹਾਂ ਇਹਨਾਂ ਦਾ ਤਾਰਫ ਤੁਹਾਡੇ ਨਾਲ ਕਰਵਾਉਂਦੀ ਤੇ ਆਓ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਸਰੋਤਿਆਂ ਨੂੰ ਐਸਕੋਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਮੈਂ ਧੰਨਵਾਦ ਕਰਦੀ ਆਂ ਰੰਗ ਪੰਜਾਬ ਦੇ ਜਿਹੜੀ ਟੀਮ ਸਾਡੇ ਕੋਲ ਪਹੁੰਚੀ ਹੈ ਜੀ ਆਇਆਂ ਨੂੰ ਆਖਦੀ ਆਂ ਮੋਸਟ ਵੈਲਕਮ ਜਿਹੜੇ ਆਪਣੇ ਚੈਨਲ ਰਾਹੀਂ ਇੰਟਰਵਿਊ ਕਰਕੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਕਰ ਰਹੇ ਨੇ ਥੈਂਕ ਯੂ ਹੋਰ ਸੁਣਾਓ ਮੈਮ ਕੀ ਹੈ ਬਹੁਤ ਵਧੀਆ ਜੀ ਕਿਰਪਾ ਪਰਮਾਤਮਾ ਦੀ ਜੀ ਜੀ ਬਹੁਤ ਖੂਬ ਤੇ ਮੈਮ ਮੇਰੀ ਨਾ ਬੜੀ ਇੱਛਾ ਹੈ ਕਿ ਮੈਂ ਸਭ ਤੋਂ ਪਹਿਲਾਂ ਤੁਹਾਡੀ ਤੋਂ ਕੋਈ ਨਾ ਕੋਈ ਇੱਕ ਗੀਤ ਸੁਣਾ ਕਿਉਂਕਿ ਤੁਹਾਡੀ ਆਵਾਜ਼ ਹੈ ਜਿਹੜੀ ਬੜੀ ਐਟ੍ਰੈਕਟਿਵ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਇੱਕ ਕੋਈ ਵੀ ਮਨਪਸੰਦ ਗੀਤ ਹੈ ਜਿਹੜਾ ਉਹ ਸੁਣਾਓ ਜ਼ਰੂਰ ਜੀ ਜੀ ਸਭ ਤੋਂ ਪਹਿਲਾਂ ਮੈਂ ਆਪਾ ਪ੍ਰਮਾਤਮਾ ਦਾ ਨਾਮ ਲਈਏ ਜੀ ਹੁਣੇ ਜੇ ਟਰੈਕ ਰਿਲੀਜ਼ ਹੋਇਆ ਜੀ ਮੈਂ ਕਿਦਾਂ ਕਰ ਜੀ ਉਤਾਰਾਂ ਤੇਰੀ ਰਹਿਮਤ ਦਾ ਮੈਂ ਲੱਖ ਲੱਖ ਸ਼ੁਕਰ ਮਨਾਵਾ ਤੇਰੀ ਰਹਿਮਤ ਦਾ ਮੈਂ ਲੱਖ ਲੱਖ ਸ਼ੁਕਰ ਮਨਾਵਾ ਤੇਰੀ ਰਹਿਮਤ ਦਾ ਬੁੱਟ ਆਪਣੇ ਨਾਮ ਦਾ ਮੇਰੇ ਦਿਲ ਵਿੱਚ ਲਾ ਦਿੱਤਾ ਕਿੱਥੇ ਮੇਰੀ ਸੀਅਕਾਤ ਜਿੱਥੇ ਤੂੰ ਪਚਾ ਦਿੱਤਾ ਨਿਤ ਤੱਕ ਦੀ ਰਹਾ ਨਿਗਾਹ ਤੇਰੀ ਰਹਿਮਤ ਦਾ ਮੈਂ ਲੱਖ ਲੱਖ ਸ਼ੁਕਰ ਮਨਾਵਾ ਤੇਰੀ ਰਹਿਮਤ ਦਾ ਮੈਂ ਲੱਖ ਲੱਖ ਸ਼ੁਕਰ ਮਨਾਵਾ ਤੇਰੀ ਰਹਿਮਤ ਦਾ ਵਾਸੀਵਾ ਕੀ ਬਾਤ ਹੈ ਬਹੁਤ ਹੀ ਖੂਬਸੂਰਤ ਬਹੁਤ ਹੀ ਖੂਬਸੂਰਤ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਮੈਮ ਤੁਹਾਡੇ ਜਨਮ ਤੇ ਪਰਿਵਾਰਕ ਪਿਛੋਕੜ ਦੀ ਹਾਂਜੀ ਜਨਮ ਮੇਰਾ ਜੀ ਜੀਰਾ ਸ਼ਹਿਰ ਦੇ ਵਿੱਚ ਹੋਇਆ ਜੀ ਪੀਕਾ ਪਰਿਵਾਰ ਜੀਰੇ ਆ ਤੇ ਸੋਹਰਾ ਪਰਿਵਾਰ ਕੋਲੀਆ ਖਰਮ ਦੇ ਵਿੱਚ ਆ ਜੀ ਤੇ ਉੱਥੇ ਪੜੇ ਲਿਖੇ ਆ ਜੀ ਤੇ ਜਦੋਂ ਤੁਹਾਨੂੰ ਪਤਾ ਕੁੜੀ ਦਾ ਵਿਆਹ ਹੋ ਜਾਂਦਾ ਤੇ ਆਪਣੇ ਸਾਰਿਆਂ ਦੀ ਹੋ ਜਾਂਦੀ ਹੈ ਤੇ ਹੁਣ ਮੈਂ ਅੱਜਕੱਲ ਆਪਣੇ ਸਾਰੇ ਤੇ ਰਹਿ ਰਹੀ ਹਾਂ ਕੋਲੀ ਹਾਂਜੀ ਜੀ ਤੇ ਮੈਮ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਤੁਸੀਂ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਦੇਖੋ ਜੀ ਇਹ ਜਿਹੜਾ ਜਨੂਨ ਹੁੰਦਾ ਮੈਨੂੰ ਲੱਗਦਾ ਵੀ ਜਿੰਨੇ ਵੀ ਸਿੰਗਰਸ ਨੇ ਜੀ ਬਿਲਕੁਲ ਸਾਰਿਆਂ ਨੂੰ ਬਚਪਨ ਤੋਂ ਹੀ ਹੁੰਦਾ ਹੈ ਹੈਨਾ ਤੇ ਮੈਨੂੰ ਵੀ ਬਚਪਨ ਤੋਂ ਹੀ ਇਹ ਜਿਹੜੀ ਚੇਟਕ ਲੱਗੀ ਹੋਈ ਸੀ ਜੀ ਸਕੂਲ ਦੇ ਵਿੱਚ ਹਮੇਸ਼ਾ ਗਾਇਆ ਕਰਦੀ ਸੀ ਪੜ੍ਹਦੀ ਘੱਟ ਸੀ ਗਾਉਂਦੀ ਜ਼ਿਆਦਾ ਸੀ ਹਾਂਜੀ আর ਟੀਚਰ ਵੀ ਮਤਲਬ ਬਹੁਤ ਲਾਈਕ ਕਰਦੇ ਸੀ ਪਹਿਲਾਂ ਤੋਂ ਹੀ ਪ੍ਰੇਰਿਤ ਕਰਦੇ ਸੀ ਕਹਿ ਦਿੰਦੇ ਸੀ ਵੀ ਹਾਂ ਬੱਚਾ ਤੁਸੀਂ ਸੋਹਣਾ ਗਾਉਨੇ ਹੋ ਹਰ ਫੈਸਟੀਵਲ ਤੇ ਮੈਂ ਗਾਇਆ ਕਰਦੀ ਸੀ ਸ਼ੌਂਕ ਸੀ ਬਚਪਨ ਤੋਂ ਜੀ ਤੇ ਫਿਰ ਪਰਿਵਾਰ ਦੇ ਵਿੱਚ ਕੋਈ ਹੋਰ ਵੀ ਗਾਉਂਦਾ ਸੀਗਾ ਨੇ ਐਕਚੁਅਲੀ ਮੰਮੀ ਪਾਪਾ ਨੂੰ ਬ੍ਰਦਰ ਨੂੰ ਸ਼ੌਂਕ ਸੀਗਾ ਜਿੱਦਾਂ ਉਹ ਜਸਵਿੰਦਰ ਬਰਾੜ ਜੀ ਨੂੰ ਸੁਣਦੇ ਸੀਗੇ ਜੀ ਤਾਂ ਉਹਨਾਂ ਨੂੰ ਇਹ ਸੀਗਾ ਵੀ ਜੇ ਇਸ ਲਾਈਨ ਦੇ ਵਿੱਚ ਜਾਣਾ ਜੇ ਗਾਉਣਾ ਤਾਂ ਪਾਪਾ ਹਮੇਸ਼ਾ ਕਹਿੰਦੇ ਹੁੰਦੇ ਸੀ ਵੀ ਜੇ ਗਾਉਣਾ ਤਾਂ ਜਸਵਿੰਦਰ ਬਰਾੜ ਨੂੰ ਗਾਉਣਾ ਹੈ ਜੀ ਜੀ ਹਾਂਜੀ ਤੇ سپورਟ ਰਹੀ ਹੈ ਫਿਰ ਸਾਰਿਆਂ ਦੀ ਫੈਮਿਲੀ ਦੀ ਹੋਰ ਦੋਸਤਾਂ ਦੀ ਰਿਸ਼ਤੇਦਾਰਾਂ ਦੀ ਨਹੀਂ ਦੇਖੋ ਇੱਕ ਤਾਂ سپورਟ ਤਾਂ ਮੈਂ ਕਹਿ ਸਕਦੀ ਹਾਂ ਪਰ ਦੇਖੋ ਜਿਵੇਂ ਪਰਿਵਾਰ ਦੇ ਵਿੱਚ ਥੋੜਾ ਜਿਹਾ ਹੁੰਦਾ ਹੈ ਕਰ ਦਾ ਮਾਹੌਲ ਹੋ ਜਾਂਦਾ ਆ ਹੈਨਾ ਜਾਂ ਘਰ ਦੀ ਸਿਚੁਏਸ਼ਨ ਲਾ ਲਓ ਚਲੋ ਉਦੋਂ ਤਾਂ ਮੈਂ ਨਹੀਂ ਇਸ ਲਾਈਨ ਦੇ ਵਿੱਚ ਆ ਸਕੀ ਹਾਂ ਥੀਏਟਰ ਕਰਦੀ ਸੀ ਜਿਵੇਂ ਪਹਿਲਾਂ ਬ੍ਰਦਰ ਦੀ سپورਟ ਸੀ ਬਹੁਤ ਕਿਉਂਕਿ ਉਹ ਲਾਈਕ ਕਰਦੇ ਸੀ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂਗੇ ਜੀ ਬਟ ਉਹਨਾਂ ਦੀ سپورਟ ਮੈਨੂੰ ਸੀਗੀ ਤਾਂ ਮੈਂ ਥੀਏਟਰ ਲਾਈਨ ਦੇ ਵਿੱਚ ਆਈ ਔਰ ਥੀਏਟਰ ਕਰਦੀ ਕਰਦੀ ਫਿਰ ਕੋਹਲਿਆ ਜੀ ਨੂੰ ਮਿਲੀ ਅੱਛਾ ਤੇ ਥੀਏਟਰ ਕਿੰਨਾ ਨਾਲ ਕੀਤਾ ਤੁਸੀਂ ਥੀਏਟਰ ਮੈਂ ਐਕਚੁਅਲੀ ਸੀਗੀ ਜੀਰੇ ਲੋਕ ਕਲਾ ਮੰਚ ਟੀਮ ਸੀਗੀ ਸਾਡੀ ਜੀ ਜੀ ਮੇਗ ਰਾਜਰੇਲਾ ਜੀ ਸਾਡੇ ਸਰ ਸੀਗੇ ਜਿਨ੍ਹਾਂ ਦੇ ਕੋਲ ਮੈਂ ਕੰਮ ਕਰਦੀ ਸੀ ਜੀ ਤੇ ਬੜੇ ਨਾਟਕ ਖੇਡੇ ਨੇ ਬਹੁਤ ਮਤਲਬ ਪਿਆਰ ਮਿਲਿਆ ਸੀਗਾ ਉਸ ਲਾਈਨ 'ਚ ਵੀ ਜੀ ਹਾਂਜੀ ਤੇ ਇਸ ਤੋਂ ਇਲਾਵਾ ਤੁਸੀਂ ਗਾਇਕੀ ਤਾਂ ਚਲੋ ਤੁਹਾਡਾ ਪੈਸ਼ਨ ਹੈਗਾ ਹੀ ਹੈ ਤੁਸੀਂ ਜੀ ਕਿ ਮੇਰਾ ਜਨੂਨ ਹੈ ਹਨਾ ਹਾਂ ਬਿਲਕੁਲ ਤੇ ਤੁਹਾਡੇ ਕੋਲ ਦੋਨੋਂ ਲਾਈਨਾਂ ਸੀਗੀਆਂ ਥੀਏਟਰ ਵਾਲੀ ਵੀ ਤੇ ਸਿੰਗਿੰਗ ਵਾਲੀ ਵੀ ਫਿਰ ਤੁਸੀਂ ਉਧਰ ਵੱਲ ਨੂੰ ਕਿਉਂ ਨਹੀਂ ਗਏ ਥੀਏਟਰ ਵਾਲੀ ਸਾਈਡ ਨੂੰ ਤੁਸੀਂ ਸਿੰਗਿੰਗ ਵਾਲੀ ਹੀ ਕਿਉਂ ਆ ਗਏ ਨਹੀਂ ਇਹਦਾ ਸੁਭਾਅ ਏ ਆ ਜੀ ਜਿੱਦਾਂ ਮੰਗਾ ਘੋਲੀਆ ਜੀ ਮਿਲੇ ਮੈਨੂੰ ਜੀ ਤਾਂ ਉਹਨਾਂ ਨੇ ਜਿੱਦਾਂ ਮੇਰੇ 'ਚ ਟੈਲੈਂਟ ਦੇਖਿਆ ਤਾਂ ਪਹਿਲਾਂ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਜਦੋਂ ਮੈਂ ਇਸ ਲਾਈਨ 'ਚ ਆਈ ਆ ਤਾਂ ਮੈਨੂੰ ਪਤਾ ਨਹੀਂ ਸੀਗਾ ਵੀ ਸਿੰਗਿੰਗ ਵਾਸਤੇ ਸਾਨੂੰ ਮਤਲਬ ਜਿੱਦਾਂ ਹੁਣ ਮੈਂ ਲਾਈਨ ਤੇ ਚੱਲ ਰਹੀ ਆ ਤੇ ਮਤਲਬ ਇਦਾਂ ਚੱਲਣਾ ਪੈਂਦਾ ਮੈਨੂੰ ਇਹ ਸੀਗਾ ਵੀ ਜੇ ਅਸੀਂ ਡਾਂਸ ਕਰਦੇ ਆ ਤਾਂ ਅਸੀਂ ਗਾਉਨੇ ਆ ਜੀ ਬਿਲਕੁਕੁਲ ਤਾਂ ਫਿਰ ਮੈਂ ਉਸ ਲਾਈਨ ਨੂੰ ਵੀ ਮਾੜਾ ਨਹੀਂ ਕਹੂੰਗੀ ਕਿਉਂਕਿ ਮੈਂ ਮੈਕਸਿਮਮ 7-8 ਸਾਲ ਜਿਹੜਾ ਸੱਭਿਆਚਾਰ ਕੰਮ ਮੰਗਾ ਘੋਲੀਆ ਜੀ ਦੇ ਨਾਲ ਕੀਤਾ ਲੋਕਾਂ ਦੇ ਵਿੱਚ ਵਿਚਰਨ ਵਾਸਤੇ ਲੋਕਾਂ ਦੇ ਵਿੱਚ ਆਉਣ ਵਾਸਤੇ ਤਾਂ ਜਿਵੇਂ ਜਿਵੇਂ ਅਸੀਂ ਮਿਹਨਤ ਕਰੀ ਗਏ ਤਾਂ ਘੋਲੀਆ ਜੀ ਮੇਰਾ ਟੈਲੈਂਟ ਦੇਖਦੇ ਗਏ ਜੀ ਤੇ ਉਦਾਂ ਉਦਾਂ ਹੀ ਉਹਨਾਂ ਨੇ ਮੈਨੂੰ ਸਿੰਗਿੰਗ ਵੱਲ ਪ੍ਰੋਮੋਟ ਕਰਤਾ ਜੀ ਹਾਂਜੀ ਠੀਕ ਹੈ ਤੇ ਫਿਰ ਉਹਨਾਂ ਦੇ ਕੋਲ ਸੀ ਕੁੜੀ ਆਈ ਇੱਕ ਉਹਨੂੰ ਪ੍ਰਮੋਟ ਕੀਤਾ ਸੀ ਸੈਵੀ ਗਿਲ ਜੀ ਉਹ ਪਰਮਿੰਦਰ ਸੰਧੂ ਜੀ ਦੇ ਨਾਲ ਗਾਉਂਦੇ ਨੇ ਡਿਊ ਟੂ ਸਟੇਜਾਂ ਲਾਉਂਦੇ ਨੇ ਅੱਜਕੱਲ ਜੀ ਤੇ ਉਹਨਾਂ ਨੂੰ ਪ੍ਰਮੋਟ ਕੀਤਾ ਸੀ ਵੈਸੇ ਉਹ ਸਭ ਤੋਂ ਪਹਿਲਾਂ ਇੰਨਾ ਮੰਗਾ ਖੋਲਿਆ ਜੀ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਤਾਂ ਇਹਨਾਂ ਦੇ ਕੋਲ ਹੀ ਉਹ ਗਾਉਂਦੇ ਸੀ ਸਿੱਖਦੇ ਸੀ ਘਰੀ ਜੀ ਤਾਂ ਮੈਨੂੰ ਵੀ ਦੇਖ ਦੇਖ ਕੇ ਹੁੰਦਾ ਸੀਗਾ ਵੀ ਮੈਂ ਵੀ ਗਾਵਾਂ ਕਿਉਂਕਿ ਮੈਨੂੰ ਸੀਗਾ ਅੰਦਰੋਂ ਹਨਾ ਬਚਪਨ ਤੋਂ ਹੀ ਸੀਗਾ ਫਿਰ ਉਹਨਾਂ ਨੇ ਥੋੜਾ ਜਿਹਾ ਉਹਦੇ ਵਾਸਤੇ ਇੱਕ Song ਲੈ ਕੇ ਆਏ ਸੀਗੇ ਤੇ ਚਲੋ ਉਹ Song ਦਾ ਸੁਆਬ ਮੇਰੇ ਵੱਲ ਬਣ ਗਿਆ ਵੀ ਤੁਸੀਂ ਗਾ ਕੇ ਦਿਖਾਓ ਕਿੱਦਾਂ ਗਾਓਗੇ ਤਾਂ ਫਿਰ ਜਦੋਂ ਮੈਂ ਗਾ ਕੇ ਦਿਖਾਇਆ ਤਾਂ ਮੈਨੂੰ ਸਟੂਡੀਓ ਲੈ ਗਏ ਅੱਛਾ ਹਾਂਜੀ ਜੀ ਤੇ ਸਿੱਖਣ ਤੋਂ ਆਇਆ ਮੇਰੇ ਦਿਮਾਗ ਦੇ ਵਿੱਚ ਕਿ ਕਿੰਨਾ ਤੋਂ ਸਿੱਖਿਆ ਤੁਸੀਂ ਗੁਰੂ ਕਿੰਨਾਂ ਨੂੰ ਧਾਰਿਆ ਗੁਰੂ ਤਾਂ ਜੀ ਪਤੀ ਪਰਮੇਸ਼ਵਰ ਗੁਰੂ ਹੀ ਹੁੰਦੇ ਨੇ ਪਰ ਮੈਨੂੰ ਸਿਖਾਇਆ ਵੀ ਉਹਨਾਂ ਨੇ ਹੀ ਹੈ ਜੋ ਵੀ ਅੱਜ ਤੱਕ ਮੈਂ ਸਿੱਖ ਰਹੀ ਆ ਹਜੇ ਮੈਂ ਨਹੀਂ ਕਹਿੰਦੀ ਵੀ ਮੈਨੂੰ ਕੁਝ ਆਉਂਦਾ ਹੈ ਜੋ ਵੀ ਮੈਂ ਸਿੱਖ ਰਹੀ ਆ ਮੈਂ ਉਹਨਾਂ ਤੋਂ ਹੀ ਸਿੱਖ ਰਹੀ ਆ ਜੀ ਹਾਂਜੀ ਤੇ ਜਦੋਂ ਤੁਸੀਂ ਕਿਹਾ ਸੀ ਨਾ ਕਿ ਮੈਂ ਮਤਲਬ ਮੇਰੇ ਮੰਮੀ ਪਾਪਾ ਦਾ ਸੁਪਨਾ ਸੀਗਾ ਕਿ ਮੈਂ ਜਸਵਿੰਦਰ ਬਰਾੜ ਹੋਣਾ ਵਾਂਗੂੰ ਗਾਉਣਾ ਹੈ ਨਾ ਹਾਂਜੀ ਹਾਂਜੀ ਤੇ ਜਦੋਂ ਹੁਣ ਤੁਹਾਨੂੰ ਆਹ ਸਟੇਜ ਤੇ ਦੇਖਦੇ ਆ ਕਿ ਮੈਂ ਗਾਣੀ ਆ ਹੈ ਨਾ ਤਾਂ ਕਿਸ ਤਰ੍ਹਾਂ ਦਾ ਰਿਐਕਸ਼ਨ ਹੁੰਦਾ ਉਹਨਾਂ ਦਾ ਕਈ ਵਾਰੀਆਂ ਹੁੰਦਾ ਨਾ ਖੁਸ਼ੀ ਚ ਅੱਖਾਂ ਚ ਹੰਝੂ ਆ ਜਾਂਦੇ ਆ ਬਿਲਕੁਲ ਜੀ ਇਹ ਹੋਇਆ ਮੇਰੇ ਨਾਲ ਰੀਅਲ ਚ ਹੋਇਆ ਹੂੰ ਮੇਰਾ ਵੀ ਪ੍ਰੋਗਰਾਮ ਉੱਥੇ ਸੀ ਔਰ ਜਸਵਿੰਦਰ ਬਰਾੜ ਜੀ ਦਾ ਵੀ ਉੱਥੇ ਸੀ ਵਾਹ ਕੀ ਬਾਤ ਹੈ ਤਾਂ ਜਿਸ ਦਿਨ ਜਿੱਦਾਂ ਪਹਿਲਾ ਇੱਕ ਦਿਨ ਪਹਿਲਾਂ ਮੇਰਾ ਸੀ ਪ੍ਰੋਗਰਾਮ ਉਸੇ ਪਰਿਵਾਰ ਦੇ ਵਿੱਚ ਫੈਮਲੀ ਦੇ ਵਿੱਚ ਜੀ ਔਰ ਦੂਸਰੇ ਦਿਨ ਜਸਵਿੰਦਰ ਬਰਾੜ ਜੀ ਦਾ ਸੀਗਾ ਜੀ ਤੇ ਇੰਨਾ ਕੁ ਜ਼ਿਆਦਾ ਸਾਡਾ ਮਤਲਬ ਪਿਆਰ ਉਸ ਫੈਮਿਲੀ ਦੇ ਨਾਲ ਹੋ ਗਿਆ ਤਾਂ ਉਹਨਾਂ ਨੇ ਦੂਸਰੇ ਦਿਨ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਵੀ ਤੁਸੀਂ ਆਉਣਾ ਹੀ ਆਉਣਾ ਜੀ ਤਾਂ ਜਦੋਂ ਮੈਂ ਉੱਥੇ ਸਟੇਜ ਤੇ ਮੈਂ ਤੇ ਕੋਹਲੀ ਆ ਜੀ ਅਸੀਂ ਸ਼ਗਨ ਪਾਉਣ ਗਏ ਜੀ ਤਾਂ ਜਸ ਜਸਵਿੰਦਰ ਬਾੜ ਜੀ ਗਾਈ ਜਾਂਦੇ ਸੀਗੇ ਤੇ ਉਹ ਫੈਮਿਲੀ ਮੈਨੂੰ ਸਟੇਜ ਤੇ ਲੈ ਗਈ ਜੀ ਸਾਰੇ ਜਾਣੇ ਨਾ ਲੇਡੀਜ਼ ਤੇ ਉਹ ਲੈ ਗਏ ਮੈਨੂੰ ਸਟੇਜ ਤੇ ਤਾਂ ਜਦੋਂ ਹੁਣ ਇੰਨਾ ਸੀਨੀਅਰ ਕਲਾਕਾਰ ਤੇ ਉਹਨਾਂ ਦੇ ਸਾਹਮਣੇ ਤਾਂ ਜੀ ਹੁੰਦਾ ਹੀ ਆ ਬੰਦਾ ਤਾਂ ਮੈਂ ਨਰਵਸ ਹੋ ਗਈ ਬਹੁਤ ਜ਼ਿਆਦਾ ਤੇ ਚਲੋ ਖੁਸ਼ੀ ਵੀ ਬਹੁਤ ਹੋਈ ਜਦੋਂ ਮੈਂ ਉਹਨਾਂ ਦੇ ਨਾਲ ਲਗਾਇਆ ਅਸੀਂ ਮੈਕਸਿਮਮ ਘੰਟਾ ਡੇਢ ਘੰਟਾ ਮੈਂ ਔਰ ਜਸਵਿੰਦਰ ਬਰਾੜ ਜੀ ਨੇ ਅਸੀਂ ਇਕੱਠਿਆਂ ਨੇ ਸਟੇਜ ਕੀਤੀ ਜੀ ਤਾਂ ਉਸ ਟਾਈਮ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਆ ਰਹੇ ਸੀ ਕਿ ਅੱਜ ਜੇ ਮੇਰੀ ਮੰਮੀ ਪਾਪਾ ਜਾਉਂਦੇ ਹੁੰਦੇ ਤਾਂ ਉਹਨਾਂ ਨੇ ਬਹੁਤ ਖੁਸ਼ ਹੋਣਾ ਸੀ ਵੀ ਜਿਸ ਮੁਕਾਮ ਤੇ ਅਸੀਂ ਆਪਣੀ ਬੱਚੀ ਨੂੰ ਦੇਖਣਾ ਚਾਹੁੰਦੇ ਸੀ ਅੱਜ ਉੱਥੇ ਪਹੁੰਚ ਗਈ ਹੈ ਪਰ ਇਸ ਗੱਲ ਦਾ ਮੈਨੂੰ ਕਈ ਵਰੀ ਐ ਹੋ ਵੀ ਜਾਂਦਾ ਹੁਣ ਵੀ ਸੋਚਦੀ ਹੁੰਨੀ ਆ ਕਈ ਵਰੀ ਕਿ ਜੇ ਅੱਜ ਉਹ ਜਾਉਂਦੇ ਹੁੰਦੇ ਤਾਂ ਉਹਨਾਂ ਨੇ ਬਹੁਤ ਖੁਸ਼ ਹੋਣਾ ਸੀ ਜੀ ਬਿਲਕੁਲ ਬਿਲਕੁਲ ਜੀ ਕਹਿੰਦੇ ਕਿ ਬੰਦੇ ਦਾ ਦੁਬਾਰਾ ਜਨਮ ਹੁੰਦਾ ਜਦੋਂ ਆਪਣੀ ਔਲਾਦ ਨੂੰ ਕਿਸੇ ਮੁਕਾਮ ਤੇ ਦੇਖ ਲੈਂਦੇ ਆ ਬਿਲਕੁਲ ਜੀ ਜੀ ਤੇ ਕਿੰਨੀਆਂ ਕਿ ਜੜੀਆਂ ਰਿਕਾਰਡਿੰਗਸ ਨੇ ਤੁਹਾਡੀਆਂ ਕਿੰਨੇ ਕੁ ਸੌਂਗਸ ਨੇ ਜਿਹੜੇ ਰਿਕਾਰਡ ਹੋ ਚੁੱਕੇ ਆ ਹਾਂਜੀ ਬਿਲਕੁਲ ਜਿੱਦਾ ਹੈਗੇ ਆ ਟਰੈਕ ਆਪਣੇ ਆਗੇ ਨੇ 12 13 ਜੀ ਹਾਂਜੀ ਮੈਨੂੰ ਲੱਗਦਾ 12 13 ਤੋਂ ਜ਼ਿਆਦਾ ਹੀ ਹੋਣਗੇ ਜੀ ਤੇ ਬਾਕੀ ਡਿਊਟ ਵੀ ਕੀਤੇ ਨੇ ਜੀ ਔਰ ਮੇਰੇ ਸੋਲੋ ਆਪਣੇ ਤਾਂ ਹੈਗੇ ਹੀ ਨੇ ਤੇ ਮੰਗਾ ਘੋਲੀਆ ਜੀ ਦੇ ਨਾਲ ਵੀ ਮੇਰਾ ਇੱਕ ਡਿਊਟ Song ਆਇਆ ਕਵਰ Song ਕੀਤਾ ਸੀਗਾ ਅੱਛਾ ਹਾਂਜੀ ਉਹ ਆਪ ਵੀ ਗਾਉਂਦੇ ਨੇ ਜੀ ਜੀ ਔਰ ਇਹ ਵੀ ਮੈਂ ਖੁਦ ਤੁਹਾਨੂੰ ਦੱਸਣਾ ਚਾਹੂੰਗੀ ਕਿ ਜਿਹੜੀ ਉਹਨਾਂ ਦਾ ਸ਼ੌਂਕ ਸੀਗਾ ਨਾ ਬਚਪਨ ਦਾ ਜੀ ਤਾਂ ਜਿਵੇਂ ਕਰਦੀਆਂ ਜ਼ਿੰਮੇਵਾਰੀਆਂ ਲਾ ਲੋ ਕਰਦੀਆਂ ਸਿਚੁਏਸ਼ਨਾਂ ਜੋ ਵੀ ਹੁੰਦੀਆਂ ਹੈ ਨਾ ਪਰ ਉਹਨਾਂ ਨੇ ਆਪਣਾ ਸ਼ੌਂਕ ਸਾਰਾ ਮੇਰੇ ਤੇ ਸਮਰਪਿਤ ਕਰਤਾ ਜੀ ਔਰ ਅੱਜ ਜੇ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਆ ਫਰੋਤੇ ਪਿਆਰ ਦਿੰਦੇ ਆ ਤਾਂ ਅਸੀਂ ਇੱਕ ਜਿਹੜਾ ਟਰੈਕ ਕੀਤਾ ਸੀਗਾ ਕਵਰ Song ਸੀਗਾ ਧਰਮਪ੍ਰੀਤ ਜੀ ਦਾ ਅੱਛਾ ਡਿਊਟ Song ਕੀਤਾ ਸੀ ਕਿਉਂਕਿ ਉਹਨਾਂ ਨੂੰ ਲਾਈਕ ਕਰਦੇ ਸੀ ਤੇ ਉਹਨਾਂ ਦੇ ਨਾਲ ਹੀ ਉਹਨਾਂ ਨੇ ਮੈਕਸਿਮਮ 4-5 ਸਾਲ ਕੋਰਸ ਵੀ ਗਾਇਆ ਜੀ ਧਰਮਪ੍ਰੀਤ ਜੀ ਦੇ ਨਾਲ ਜੀ ਪਿੰਡ ਕੋਲੀਏ ਦਾ ਤੇ ਧਰਮਪ੍ਰੀਤ ਉਹਨਾਂ ਦਾ ਮੈਨੂੰ ਲੱਗਦਾ ਬਹੁਤ ਗਹਿਰਾ ਰਿਲੇਸ਼ਨ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਉਹਨਾਂ ਨੇ ਕਾਫੀ Song ਹੈ ਜਿਹੜੇ ਧਰਮਪ੍ਰੀਤ ਉਹਨਾਂ ਨੇ ਇਥੋਂ ਦੇ ਗਾਏ ਆ ਹਾਂਜੀ ਹਾਂਜੀ ਜੀ ਅਮਰਜੀਤ ਕੋਹਲਿਆ ਹੋਣਾ ਜੀ ਜੀ ਹਾਂ ਜੀ ਹਾਂ ਜੀ ਤੇ ਮਤਲਬ ਉਹਨਾਂ ਨੂੰ ਬਹੁਤ ਸੀਗਾ ਜਨੂਨ ਹਜੇ ਵੀ ਅੱਜ ਤੱਕ ਵੀ ਅਸੀਂ ਪ੍ਰੋਗਰਾਮ ਤੋਂ ਜਿੱਦਾਂ ਵਾਪਸ ਆਉਨੇ ਆ ਜਾਂਨੇ ਆ ਤਾਂ ਜਦੋਂ ਕੋਹਲਿਆ ਜੀ ਨਾਲ ਹੁੰਦੇ ਆ ਤਾਂ ਧਰਮਪ੍ਰੀਤ ਦੇ ਗਾਣੇ ਹੀ ਚੱਲਦੇ ਆ ਸਾਡੀ ਗੱਡੀ 'ਚ ਜੀ ਜੀ ਬਹੁਤ ਲਾਈਕ ਕਰਦੇ ਸੀ ਉਹਨਾਂ ਨੂੰ ਔਰ ਜਦੋਂ ਉਹਨਾਂ ਦੀ ਡੈਥ ਦਾ ਪਤਾ ਲੱਗਿਆ ਸੀ ਤਾਂ ਬਹੁਤ ਅਸੀਂ ਪ੍ਰੋਗਰਾਮ 'ਤੇ ਸੀ ਉਹਨਾਂ ਨੂੰ ਝਟਕਾ ਬਹੁਤ ਲੱਗਿਆ ਸੀ ਸਾਨੂੰ ਸੰਭਾਲਣਾ ਬਹੁਤ ਔਖਾ ਹੋ ਗਿਆ ਸੀਗਾ ਇਹਨਾਂ ਜੀ ਹਾਂ ਬਿਲਕੁਲ ਹੁੰਦਾ ਨਾ ਕਈ ਵਾਰੀ ਅਨਐਕਸਪੈਕਟਡ ਚੀਜ਼ ਹੋ ਜਾਂਦੀ ਹੈ ਹਾਂ ਬਿਲਕੁਲ ਜੀ ਤਾਂ ਜਿਨ੍ਹਾਂ ਲਈ ਅਸੀਂ ਤਿਆਰੀ ਨਹੀਂ ਹੁੰਦੀ ਹਾਂਜੀ ਹਾਂਜੀ ਤੇ ਇੱਕ ਤੁਸੀਂ ਗਾਉਣੇ ਹੁੰਨੇ ਹੋ ਮਾਮਾ ਧੀਆਂ ਵਾਲਾ ਹੈ ਨਾ ਉਹ ਵੀ ਗਾ ਕੇ ਸੁਣਾਓ ਜ਼ਰੂਰ ਜੀ ਜ਼ਰੂਰ ਇਹ ਮੋਸਟਲੀ ਆਪਣੇ ਜਦੋਂ ਲੇਡੀ ਸੰਗੀਤ ਹੁੰਦੇ ਆ ਜੀ ਤਾਂ ਸਭ ਤੋਂ ਪਹਿਲਾ ਫਰਮਾਇਸ਼ ਇਹੀ ਰੱਖਦੇ ਨੇ ਸਾਰੇ ਜੀ ਬੇਸ਼ੱਕ ਕਈ ਵਾਰੀ ਬਿਨ ਵੇ ਇਸ ਗੱਲ ਦੀ ਬਹੁਤ ਸੋਹਣਾ ਤੁਸੀਂ ਜਿਹੜਾ ਇਹ ਸਵਾਲ ਕੀਤਾ ਵੀ ਸੁਣਾਓ ਫਰਮਾਇਸ਼ ਕੀਤੀ ਹੈ ਹੈਨਾ ਤਾਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਜਦੋਂ ਮੈਂ ਪ੍ਰੋਗਰਾਮ ਤੇ ਪਹੁੰਚਦੀ ਆ ਬਾਏ ਦਿਵਾਜੇ ਕਿਤੇ ਮੁੰਡੇ ਦਾ ਵਿਆਹ ਵੀ ਹੋਵੇ ਨਾ ਤਾਂ ਕਾਫੀ ਘੋੜੀਆਂ ਗਾਉਣੀਆਂ ਹੁੰਦੀਆਂ ਜੀ ਜੀ ਤਾਂ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਬਹੁਤ ਖੁਸ਼ ਆ ਵੀ ਮੈਨੂੰ ਅੱਜ ਦੇ ਟਾਈਮ ਦੇ ਵਿੱਚ ਤਿੰਨੇ ਪੀੜੀਆਂ ਸੁਣ ਰਹੀਆਂ ਜੀ ਬਿਲਕੁਲ ਬਿਲਕੁਲ ਤਿੰਨੇ ਪੀੜੀਆਂ ਜੇ ਸਾਨੂੰ ਸੁਣ ਰਹੀਆਂ ਤੇ ਇਹਦਾ ਮਤਲਬ ਇਹ ਹੀ ਹੈ ਕਿ ਅਸੀਂ ਕੁਝ ਤਾਂ ਚੰਗਾ ਕਰ ਰਹੇ ਆ ਨਾ ਜੀ ਜੀ ਪਤਾ ਇੱਕ ਇੱਕ ਵਾਰੀ ਇਦਾਂ ਸਵੱਬ ਹੋਇਆ ਕਿ ਮੈਂ ਮੁੰਡੇ ਦੇ ਵਿਆਹ ਤੇ ਗਈ ਆ ਜੀ ਤੇ ਸਾਰਾ ਪ੍ਰੋਗਰਾਮ ਹੋ ਗਿਆ ਕੰਪਲੀਟ ਤਾਂ ਲਾਸਟ ਤੇ ਉਹ ਮੁੰਡਾ ਵਿਆਹ ਵਾਲਾ ਆਉਂਦਾ ਆ ਜੀ ਤੇ ਕਹਿੰਦਾ ਵੀ ਤੁਸੀਂ ਪਲੀਜ਼ ਮੈਨੂੰ ਉਹ ਗਾਣਾ ਮੈਮ ਜ਼ਰੂਰ ਸੁਣਾਓ ਜਿਹੜਾ ਤੁਸੀਂ ਮਾਵਾਂ ਧੀਆਂ ਦਾ ਸੁਣਾਉਣੀ ਹੈ ਜਿਹੜੀ ਤੁਸੀਂ ਫਰਮਾਇਸ਼ ਕੀਤੀ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਸੁਣਾਉਣੀ ਹੈ ਮੈਂ ਤੁਹਾਨੂੰ ਹੋਏ ਓੱਚੀ ਤਾਲੀ ਤੇ ਕੁੱਗੀਆਂ ਦਾ ਜੋੜਾ ਮਾਵਤੀ ਆਂਦਾ ਡਾਡ ਵਿਛੋੜਾ ਰੱਬਾ ਕਿਤੇ ਮਿਲੀਏ ਹੋ ਕਿਤੇ ਮਿਲੀਏ ਤੇ ਮਿਲ ਮੇ ਬਾ ਕਿਤੇ ਮਿਲੀਏ ਕਿਆ ਰੂਦਰੀ ਨਲਗਾਉਣੇ ਤੁਸੀਂ ਬਹੁਤ ਹੀ ਜ਼ਬਰਦਸਤ ਬਹੁਤ ਹੀ ਸੋਹਣਾ ਬਹੁਤ ਹੀ ਖੂਬਸੂਰਤ ਸਮੇ ਨੂੰ ਬਨ ਦਿੰਦੇ ਹੋ ਬਨ ਦਿੰਦੇ ਹੋ ਤੁਸੀਂ ਬਾਕੀ ਉਸ ਪਰਮਾਤਮਾ ਦੀ ਕਿਰਪਾ ਹੈ ਜੀ ਗੋਡ ਗਿਫਟ ਹੈ ਹੈਨਾ ਜੀ ਜੀ ਹਾਂ ਬਾਕੀ ਮੈਂ ਬਹੁਤ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਜੀ ਕਿ ਮੈਂ ਜਦੋਂ ਕੰਮ ਤੇ ਜਾਂਦੀ ਆ ਕੋਈ ਪ੍ਰੋਗਰਾਮ ਹੈ ਚਾਹੇ ਖਾੜਾ ਚਾਹੇ ਲੇਡੀ ਸੰਗੀਤ ਹੈ ਜੀ ਚਾਹੇ ਜੱਗ ਉਹਦਾ ਪ੍ਰੋਗਰਾਮ ਹੈ ਹੂੰ ਤਾਂ ਮੈਂ ਆਪਣੇ ਮਨ ਲਾ ਕੇ ਕੰਮ ਕਰਦੀ ਆ ਰੂਹ ਦੇ ਨਾਲ ਕੰਮ ਕਰਦੀ ਆ ਮੈਂ ਕਦੇ ਇਹ ਨਹੀਂ ਸੋਚਿਆ ਕਿ ਇੰਨੀ ਕਿ ਪੇਮੈਂਟ ਦਿੱਤੀ ਹੈ ਜਾਂ ਅਸੀਂ ਇੰਨਾ ਕੀ ਕੰਮ ਕਰਨਾ ਜੀ ਬਿਲਕੁਲ ਜਾਂ ਜੇ ਸਾਡੀ 2 ਘੰਟੇ ਦੀ ਗੱਲ ਹੋਈ ਹੈ ਤਾਂ ਅਸੀਂ 2 ਘੰਟੇ ਹੀ ਹੋਣਾ ਨਹੀਂ ਜੀ ਹਮੇਸ਼ਾ ਰੂਹدارੀ ਨਾਲ ਹੀ ਕੰਮ ਕਰਦੀ ਆ ਇਮਾਨਦਾਰੀ ਦੇ ਨਾਲ ਜੀ ਔਰ ਪਰਮਾਤਮਾ ਉਸ ਇਮਾਨਦਾਰੀ ਦਾ ਸਿਲਾ ਵੀ ਦੇ ਰਿਹਾ ਜੀ ਬਿਲਕੁਲ 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 ਬਹੁਤ ਅੱਛੀ ਸੋਚ ਹੈ ਤੁਹਾਡੀ ਤੇ ਤੁਸੀਂ ਸੋਲੋ ਵੀ ਗਾ ਰਹੇ ਹੋ ਤੇ ਡਿਊਟੀ ਵੀ ਗਾ ਰਹੇ ਹੋ ਹਾਂਜੀ ਡਿਊਟੀ ਕਿੰਨਾ ਨਾਲ ਗਾ ਰਹੇ ਹੋ ਅੱਜ ਕੱਲ ਡਿਊਟੀ ਮੈਂ ਆਤਮਾਬਾਈ ਜੀ ਦੇ ਨਾਲ ਗਾ ਰਹੀ ਹਾਂ ਜੀ ਉਸ ਤੋਂ ਪਹਿਲਾਂ ਮੈਂ ਮੈਕਸਿਮਮ 2 ਸਾਲ ਸ਼ਰੀਫ ਦਿਲਦਾਰ ਬਾਈ ਜੀ ਦੇ ਨਾਲ ਵੀ ਗਾਇਆ ਜੀ ਹਾਂਜੀ ਤੇ ਅੱਜ ਕੱਲ ਹੁਣ ਮੈਂ ਬਾਈ ਜੀ ਦੇ ਨਾਲ ਗਾ ਰਹੀ ਹਾਂ ਜੀ ਹਾਂਜੀ ਕੀ ਲੱਗਦਾ ਤੁਹਾਨੂੰ ਸੋਲੋ ਗਾਉਣਾ ਜ਼ਿਆਦਾ ਈਜ਼ੀ ਹੈ ਜਾਂ ਡਿਊਟੀ ਗਾਉਣਾ ਈਜ਼ੀ ਹੈ ਨੇ ਮੇਰੇ ਵਾਸਤੇ ਦੋਨੋਂ ਹੀ ਸਹੀ ਹੈ ਕਿਉਂਕਿ ਮੈਨੂੰ ਚੰਗਾ ਲੱਗਦਾ ਗਾਉਣਾ ਮੈਨੂੰ ਕੰਮ ਕਰਨਾ ਚੰਗਾ ਲੱਗਦਾ ਹੈ ਜੀ ਮੈਨੂੰ ਡਿਊਟੀ ਵੀ ਸਹੀ ਲੱਗਦਾ ਮੈਨੂੰ ਸੋਲੋ ਵੀ ਮੈਂ ਹਰ ਕੰਮ ਦੇ ਲਈ ਆਪਣੇ ਆਪ ਨੂੰ ਪ੍ਰੇਰਿਤ ਰੱਖਦੀ ਆ ਜਾਂ ਮੈਨੂੰ ਘੋਲੀਆ ਜੀ ਕਰਦੇ ਨੇ ਜੀ ਮਤਲਬ ਉਹ ਮੈਨੂੰ ਹਮੇਸ਼ਾ ਇਹੀ ਗੱਲ ਸਮਝਾਉਂਦੇ ਨੇ ਵੀ ਜੇ ਅਸੀਂ ਅੱਗੇ ਵਧਣਾ ਹੈ ਤਾਂ ਸਾਨੂੰ ਕੋਈ ਵੀ ਕੰਮ ਨੂੰ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਸਾਨੂੰ ਆ ਔਖਾ ਲੱਗਦਾ ਤੇ ਆ ਸੌਖਾ ਲੱਗਦਾ ਬਹੁਤ ਅੱਛਾ ਹਾਂਜੀ ਬਹੁਤ ਖੂਬ ਰਿਸਪੌਂਸਿਬਿਲਟੀ ਕਿਹਦੇ ਚ ਜ਼ਿਆਦਾ ਹੁੰਦੀ ਹੈ ਸੋਲੋ ਚ ਜਾਂ ਡਿਊਟੀ ਚ ਰਿਸਪੌਂਸਿਬਿਲਟੀ ਜਿਆਦਾ ਵੈਸੇ ਸੋਲੋ ਚ ਹੁੰਦੀ ਹੈ ਜਦੋਂ ਗਾਉਣਾ ਹੁੰਦਾ ਆ ਕਿਉਂਕਿ ਜਦੋਂ ਸੋਲੋ ਗਾਣਾ ਰਿਸਪੌਂਸਿਬਿਲਟੀ ਵੈਸੇ ਜ ਬਨਿਆ ਜਾਵੇ ਤਾਂ ਡੂਟ ਚ ਵੀ ਹੈ ਜੀ ਕਿਉਂਕਿ ਡੂਟ ਦੇ ਵਿੱਚ ਵੀ ਉਨੀ ਜ਼ਿੰਮੇਵਾਰੀ ਹੈ ਜੇ ਬਾਈ ਦੀਵਾ ਅਸੀਂ ਡਿਊਟ ਗਾਉਣੇ ਆ ਤਾਂ ਜਿੱਦਾਂ ਮੁੰਡੇ ਦੇ ਬੋਲ ਹੁੰਦੇ ਨੇ ਤਾਂ ਸਾਨੂੰ ਸਾਡੀ ਰਿਸਪੌਂਸਿਬਿਲਟੀ ਅਸੀਂ ਸਟੇਜ ਤੇ ਕੰਮ ਕਰ ਰਹੇ ਆ ਤਾਂ ਸਾਨੂੰ ਇਮਾਨਦਾਰੀ ਨਾਲ ਕਰਨਾ ਚਾਹੀਦਾ ਜੇ ਸਾਨੂੰ ਉਹ ਬੋਲ ਭੁੱਲ ਰਿਹਾ ਤਾਂ ਸਾਨੂੰ ਅੱਗੇ ਗਾਉਣਾ ਚਾਹੀਦਾ ਵੀ ਆ ਜੀ ਸਾਨੂੰ ਦੱਸਣਾ ਵੀ ਚਾਹੀਦਾ ਰਿਸਪੌਂਸਿਬਿਲਟੀ ਹਾਂ ਜੀ ਜਿਵੇਂ ਥੀਏਟਰ ਦੇ ਵਿੱਚ ਹਾਂ ਜਿੱਦਾਂ ਥੀਏਟਰ ਚ ਸਿਖਾਇਆ ਜਾਂਦਾ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਤੇ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਜੇ ਆਪਾਂ ਰਿਸਪੌਂਸਿਬਿਲਟੀ ਦੇ ਨਾਲ ਕੰਮ ਕਰਾਂਗੇ ਤੇ ਤਾਂ ਹੀ ਅੱਗੇ ਜਾ ਸਕਦੇ ਆ ਹਨਾ ਜੀ ਬਿਲਕੁਲ ਬਿਲਕੁਲ ਤੇ ਥੀਏਟਰ ਤੁਸੀਂ ਕਿੰਨਾ ਨਾਲ ਪਹਿਲਾਂ ਤੁਸੀਂ ਦੱਸਿਆ ਹੈ ਨਾ ਕਿ ਤੁਸੀਂ ਥੀਏਟਰ ਜਿਹੜਾ ਕੀਤਾ ਤੇ ਕੁਝ ਟੈਲੀ ਫਿਲਮਾਂ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਹੈ ਬਿਲਕੁਲ ਜੀ ਬਿਲਕੁਲ ਮੰਗਾ ਘੋਲੀਆ ਜੀ ਖੁਦ ਡਾਇਰੈਕਟਰ ਨੇ ਜੀ ਪਹਿਲਾਂ ਤਾਂ ਜਿੰਨੇ ਵੀ ਮੇਰੇ Song ਆਏ ਨੇ ਉਹ ਹੀ ਡਾਇਰੈਕਟ ਕਰਦੇ ਨੇ ਜੀ ਔਰ ਜਿਹੜਾ ਮਿਊਜ਼ਿਕ ਹੁੰਦਾ ਹੈ ਜਿਵੇਂ ਅਲੱਗ-ਅਲੱਗ ਮਿਊਜ਼ਿਕ ਹੁੰਦਾ ਹੈ ਸਭ ਤੋਂ ਪਹਿਲਾਂ ਜਿਹੜਾ Song ਕੀਤਾ ਸੀਗਾ ਮਿਊਜ਼ਿਕ ਕੀਤਾ ਸੀ ਨੀਮਾ ਵਿਰਕ ਜੀ ਨੇ ਔਰ ਜੇ ਮਤਲਬ ਵੀਡੀਓਜ਼ ਦੀ ਗੱਲ ਕਰੀਏ ਜਿਵੇਂ ਤੁਸੀਂ ਟੈਲੀਫਿਲਮਾਂ ਦੀ ਗੱਲ ਕੀਤੀ ਹੈ ਤੇ ਮੰਗਾ ਘੋਲੀਆ ਜੀ ਦੀਆਂ ਖੋਧੀਆਂ ਲਿਖੀਆਂ ਹੋਈਆਂ ਫਿਲਮਾਂ ਜੀ ਉਹ ਵੀ ਅਸੀਂ ਕੀਤੀਆਂ ਨੇ ਕਾਫੀ ਸ਼ਾਰਟਸ ਮੂਵੀਆ ਆਈਆਂ ਹੋਈਆਂ ਨੇ ਔਰ ਗੋਇਲ ਕੰਪਨੀ ਦੇ ਵਿੱਚ ਗੁਰਦੇਵ ਢਿੱਲੋਂ ਜੀ ਭਜਨਾਮ ਲੀਜੀ ਜੀ ਜੀ ਉਹਨਾਂ ਦੇ ਨਾਲ ਵੀ ਅਸੀਂ ਕਾਫੀ ਮੂਵੀਜ਼ ਕੀਤੀਆਂ ਨੇ ਜੀ ਜੀ ਹਾਂਜੀ ਕਿਦਾਂ ਲੱਗਦਾ ਤੁਹਾਨੂੰ ਕਿ ਗੁਰਦੇਵ ਢਿੱਲੋਂ ਜੀ ਉਹਨਾਂ ਦਾ ਇੱਕ ਅਲੱਗ ਸਮਾਂ ਸੀ ਬਿਲਕੁਲ ਜੀ ਕਿ ਉਹਨਾਂ ਬਿਨਾ ਕੋਈ ਵੀ ਪ੍ਰੋਗਰਾਮ ਸੀਗਾ ਜਿਹੜਾ ਉਹ ਸਕਸੈਸ ਨਹੀਂ ਹੁੰਦਾ ਸੀ ਚਾਹੇ ਤੁਸੀਂ ਨਵੇਂ ਸਾਲ ਦਾ ਗਿਣ ਲੋ ਚਾਹੇ ਲੋੜੀ ਦਾ ਵਸਾਖੀ ਦਾ ਕੋਈ ਵੀ ਹੋਵੇ ਤਾਂ ਇਹਨਾਂ ਦੀ ਇੱਕ ਇੱਕ ਕੈਮਿਸਟਰੀ ਹੁੰਦੀ ਸੀ ਹਾਂਜੀ ਕੈਮਿਸਟਰੀ ਹਾਂ ਤੇ ਕਿਵੇਂ ਲੱਗਦਾ ਹੈ ਕਿ ਉਹਨਾਂ ਵਰਗੇ ਆਰਟਿਸਟ ਨਾਲ ਕੰਮ ਕਰਕੇ ਮੈਨੂੰ ਤਾਂ ਬਹੁਤ ਚੰਗਾ ਲੱਗਦਾ ਸੀ ਮੈਂ ਆਪਣੇ ਆਪ ਨੂੰ ਬੜੀ ਖੁਸ਼ ਨਸੀਬ ਸਮਝਦੀ ਸੀ ਜੀ ਸਮਝਦੀ ਵੀ ਆ ਜਦੋਂ ਮਤਲਬ ਜਿੱਦਾਂ ਹੁਣ ਆਪਣੇ 올ਡ ਬੀਬੀਆਂ ਸਾਡੀਆਂ ਹਨਾ ਮਾਵਾ ਮਤਲਬ ਕਹਿੰਦੀਆਂ ਸੀ ਅਸੀਂ ਅਸੀਂ ਆ ਫਿਲਮ ਦੇ ਵਿੱਚ ਦੇਖਿਆ ਸੀਗਾ ਤੁਹਾਨੂੰ ਉਹਨਾਂ ਦੇ ਨਾਲ ਤਾਂ ਮਤਲਬ ਬੜੀ ਖੁਸ਼ੀ ਹੁੰਦੀ ਆ ਕਿ ਅਸੀਂ ਉਹਨਾਂ ਦੇ ਨਾਲ ਕੰਮ ਕੀਤਾ ਖੁਸ਼ ਨਸੀਬਾ ਸੀ ਹਨਾ ਉਹਨਾਂ ਦੇ ਨਾਲ ਜਗ ਗਰਮਲੀ ਜੀ ਸੀ ਜਿਕਸੀਰ ਲੋਹਾਰਾ ਜੀ ਜੀ ਤੇ ਅੱਜ ਕੱਲ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਮੈਂ ਪਰਮਾਤਮਾ ਅੱਗੇ ਦੁਆ ਕਰਦੀ ਆ ਕਿ ਉਹ ਤੰਦਰੁਸਤ ਰਹਿਣ ਹਮੇਸ਼ਾ ਹੈ ਨਾ ਜੀ ਤੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ ਸਾਨੂੰ ਇੱਥੇ ਤੱਕ ਲਿਆਉਣ ਦੇ ਵਿੱਚ ਮੈਨੂੰ ਔਰ ਕੋਲੀਆ ਜੀ ਨੂੰ ਤੇ ਅਸੀਂ ਉਹਨਾਂ ਨੂੰ ਇਸ ਲਾਈਨ ਦੇ ਵਿੱਚ ਅਸੀਂ ਉਹਨਾਂ ਨੂੰ ਉਸਤਾਦ ਮੰਨਦੇ ਆ ਆਪਣੇ ਹਾਂਜੀ ਤੇ ਕੋਈ ਡਿਊਟ ਕੈਸਟ ਵੀ ਆਈ ਹੈ ਤੁਹਾਡੀ ਹਾਂਜੀ ਡਿਊਟ ਮੇਰਾ ਆਤਮਾ ਭਾਈ ਜੀ ਦੇ ਨਾਲ ਡਿਊਟ Song ਆਏ ਨੇ ਜੀ ਜਿੱਦਾਂ ਪਹਿਲਾ ਲੋਕ ਸੱਚ ਆਇਆ ਸੀਗਾ ਉਹਦੀਆਂ ਮੈਂ ਲਾਈਨਾਂ ਤੁਹਾਨੂੰ ਸੁਣਾਉਣੀ ਆ ਜੀ ਹੋ ਬੰਨੇ ਚੰਨੇ ਆਸ਼ਕੀ ਦਇੰਤ ਮੜਾ ਹੈ ਅੱਜ ਕੱਲ ਨੈਟ ਦਾ ਕਸੂਰ ਸਾਰਾ ਏ ਹੋ ਬੱਚੇ ਪਰਦੇਸੀ ਹੋ ਗਏ 20 20 ਸਾਲ ਦੇ ਪੁੱਤ ਜਿਨ੍ਹਾਂ ਦੇ ਸ਼ਹੀਦ ਮਾਪੇ ਕਿਹੜੇ ਹਾਲ ਦੇ ਪੁੱਤ ਜਿਨ੍ਹਾਂ ਦੇ ਸ਼ਹੀਦ ਮਾਪੇ ਕਿਹੜੇ ਹਾਲ ਦੇ ਮਾਜੀ ਵਾ ਕੀ ਬਾਤ ਹੈ ਤੇ ਇੱਕ ਕਿਹੜੇ-ਕਿਹੜੇ ਗੀਤਕਾਰ ਹੈ ਜਿਨ੍ਹਾਂ ਦੇ ਗੀਤ ਤੁਸੀਂ ਹੁਣ ਤੱਕ ਗਾ ਚੁੱਕੇ ਹੋ ਹ ਜਗਮੀਤ ਨੱਥਵਾਲ ਔਰ ਕਾਫੀ ਟਰੈਕਸ ਨੇ ਜਿੱਦਾਂ ਮੈਂ ਲਾਈਵ ਵੀ ਗਾਉਣੀ ਆ ਮੰਗਾ ਗੋਲੀਆ ਜੀ ਵੀ ਖੁਦ ਲਿਖਦੇ ਨੇ ਜੀ ਜਿੱਦਾਂ ਜਾਗਰਣ ਹੋ ਜਾਂਦੇ ਆ ਜਾਂ ਜਾਗਰਣ ਤੇ ਭੇਟਾ ਮਹਾਮਈ ਦੀਆਂ ਹੁੰਦੀਆਂ ਉਹ ਵੀ ਖੁਦ ਲਿਖ ਕੇ ਦਿੰਦੇ ਨੇ ਬਾਕੀ ਹੋਰ ਕਾਫੀ ਟਰੈਕ ਹੈ ਗੁਰਜੰਟ ਹੈਗੇ ਨੇ ਪਟਿਆਲੇ ਤੋਂ ਜੀ ਤੇ ਉਹਨਾਂ ਦਾ ਵੀ ਲਿਖਿਆ ਹੋਇਆ ਗੀਤ ਅਸੀਂ ਗਾਇਆ ਮੈਂ ਔਰ ਜਸਪ੍ਰੀਤ ਨੇ ਜੀ ਤੇ ਬਹੁਤ ਸੋਨਾ ਸੀ ਗੀਤ ਉਹ ਵੀ ਬੋਲ ਜਵਾਨੋਂ ਤੀਰ ਕਮਾਨੋਂ ਨਿਕਲੇ ਵਾਪਸ ਮੁੜਦੇ ਹਾਂਜੀ 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 ਤਾਂ ਕਾਫੀ ਜਿੱਦਾਂ ਵਧੀਆ ਵਧੀਆ ਰਾਈਟਰ ਨੇ ਸਾਡੇ ਨਾਲ ਮੁੰਡਾ ਕੀਬੋਰਡ ਤੇ ਹੁੰਦਾ ਹੈ ਇਕਬਾਲ ਜਿਹੜਾ ਮੈਂ ਤੁਹਾਨੂੰ ਧਾਰਮਿਕ ਗੀਤ ਸੁਣਾਇਆ ਉਹ ਉਹਦਾ ਹੀ ਲਿਖਿਆ ਹੋਇਆ ਮੁੰਡੇ ਦਾ ਅੱਛਾ ਹਾਂਜੀ ਜੀ ਤੇ ਕਿਸ ਤਰ੍ਹਾਂ ਦੇ ਜਿਹੜੇ ਗੀਤ ਆ ਉਹ ਗਾਉਣੇ ਪਸੰਦ ਕਰਦੇ ਹੋ ਫੋਕ ਜਾਂ ਫਿਰ ਜਿਹੜੀ ਅੱਜ ਕੱਲ ਦੀ ਗਾਇਕੀ ਆ ਉਹ ਵਾਲੇ ਨਹੀਂ ਜੀ ਮੈਨੂੰ ਫੋਕ ਗਾਉਣਾ ਚੰਗਾ ਲੱਗਦਾ ਜੀ ਲੋਕ ਤਤ ਗਾਉਣਾ ਚੰਗਾ ਲੱਗਦਾ ਲੋਕਾਂ ਚ ਵਿਚਰਨ ਵਾਲੀਆਂ ਗੱਲਾਂ ਚੰਗੀਆਂ ਲੱਗਦੀਆਂ ਗਾਉਣੀਆਂ ਜੀ ਕਿਉਂਕਿ ਗਾਉਣ ਦੇ ਵਿੱਚ ਅਸੀਂ ਬਹੁਤ ਕੁਝ ਸਮਝਾ ਸਕਦੇ ਹਾਂ ਲੋਕਾਂ ਨੂੰ ਬਿਲਕੁਲ ਜੇ ਅਸੀਂ ਅੱਛਾ ਗਾਵਾਂਗੇ ਤਾਂ ਹੀ ਸਾਨੂੰ ਲੋਕ ਐਕਸੈਪਟ ਕਰਨਗੇ ਚਾਹੇ ਦਾਸੀ ਕਰਦੇ ਨੇ ਚਾਹੇ ਵੀ ਕਰਦੇ ਨੇ ਅਸੀਂ ਉਹਨੇ ਚ ਖੁਸ਼ ਹਾਂ ਜੀ ਅਸੀਂ ਚੰਗੀ ਗੱਲ ਲੋਕਾਂ ਤੱਕ ਲੈ ਕੇ ਜਾਣੇ ਆ। ਹਾਂਜੀ ਬਿਲਕੁਲ ਬਹੁਤ ਬਹੁਤ ਵਧੀਆ ਕਿਹਾ ਤੁਸੀਂ ਬਹੁਤ ਡੀਪ ਮੈਸੇਜ ਦਿੱਤਾ ਹੈ। ਕਿਉਂਕਿ ਅ ਇੱਕ ਵਾਰੀ ਅਸੀਂ ਕਿਸੇ ਦੀ ਇੰਟਰਵਿਊ ਕੀਤੀ ਸੀਗੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਤਾਂ ਕੱਪੜੇ ਵੀ ਜਿਹੜੇ ਲੋਕ ਨੇ ਉਹ ਫੋਲੋ ਕਰਦੇ ਆ ਤਾਂ ਜੇ ਅਸੀਂ ਗੱਲ ਕਾਵਾਂਗੇ ਤਾਂ ਉਹਨਾਂ ਨੂੰ ਕਿਉਂ ਨਹੀਂ ਫੋਲੋ ਕਰਨੀ ਹੈ ਨਾ। ਤੁਸੀਂ ਜਿਵੇਂ ਮਤਲਬ ਜਿੰਨਾ ਕਿ ਮੈਂ ਤੁਹਾਨੂੰ ਸੁਣਿਆ ਹੈ ਜਾਂ ਜਿੰਨਾ ਕਿ ਮੈਂ ਤੁਹਾਨੂੰ ਦੇਖਦੀ ਆ ਕਿ ਕਿ ਪਰਸਨਲੀ ਮੈਨੂੰ ਤੁਹਾਡੀ ਆਵਾਜ਼ ਜਿਹੜੀ ਜਿਹੜਾ ਤੁਹਾਡਾ ਵੋਕਲ ਹੈ ਬਹੁਤ ਵਧੀਆ ਲੱਗਦਾ ਹੈ। ਹਾਂਜੀ ਤੇ ਐਕਸਪ੍ਰੈਸ਼ਨਸ ਵਗੈਰਾ ਇੱਕ ਖਾਸ ਮਤਲਬ ਐਦਾ ਹੁੰਦਾ ਕਿ ਸਾਡੇ ਮਤਲਬ ਕਿਸੇ ਨਾਲ ਮੈਚ ਕਰ ਜਾਂਦੇ ਨੇ ਸਮ ਟਾਈਮਸ ਤੇ ਕੀ ਤੁਸੀਂ ਕਿਸੇ ਪਰਟੀਕੂਲਰ ਇਨਸਾਨ ਨੂੰ ਫੋਲੋ ਕਰਦੇ ਹੋ ਮੈਂ ਦੇਖੋ ਜੀ ਮੈਂ ਅਮਰ ਰੋਜੀ ਜੀ ਨੂੰ ਫੋਲੋ ਕਰਦੀ ਸੀ ਹਮੇਸ਼ਾ ਕਰਦੀ ਵੀ ਆ ਤਾਂ ਮੈਨੂੰ ਉਹਨਾਂ ਦੀ ਐਕਟਿੰਗ ਉਹਨਾਂ ਦੇ ਗੀਤ ਉਹਨਾਂ ਦੀ ਪਰਫਾਰਮ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਜੀ ਹਾਂਜੀ ਖੁੱਲਕੇ ਖੁੱਲਕੇ ਗਾਉਂਦੇ ਨੇ ਹਾਂ ਖੁੱਲਕੇ ਗਾਉਂਦੇ ਨੇ ਬਹੁਤ ਸੋਹਣਾ ਗਾਉਂਦੇ ਨੇ ਜੀ ਹਾਂਜੀ ਮੈਂ ਹਮੇਸ਼ਾ ਹੀ ਉਹਨਾਂ ਦੇ ਗਾਣਿਆਂ ਨੂੰ ਸੁਣਦੀ ਸੀ ਜਦੋਂ ਆਤਮਾਬਾਈ ਜੀ ਦੇ ਨਾਲ ਗਾਉਂਦੀ ਸੀ ਇਹ ਨਹੀਂ ਵੀ ਅੱਜ ਮੈਂ ਗਾ ਰਹੀਆਂ ਦਾ ਮੈਨੂੰ ਮਤਲਬ ਮੈਂ ਉਹਨਾਂ ਨੂੰ ਕਹੂੰਗੀ ਵੀ ਨਹੀਂ ਮੈਨੂੰ ਅੱਜ ਉਹਨਾਂ ਦਾ ਮੈਂ ਨਾਮ ਨਹੀਂ ਲਾਉਂਗੀ ਮੈਂ ਹਮੇਸ਼ਾ ਉਹਨਾਂ ਦੀ ਗੱਲ ਕਰਦੀ ਆ ਕਿ ਮੈਂ ਹਮੇਸ਼ਾ ਉਹਨਾਂ ਨੂੰ ਫੋਲੋ ਕਰਦੀ ਆ ਮੈਨੂੰ ਉਹਨਾਂ ਦਾ ਮਤਲਬ ਜਿਹੜਾ ਟੰਗ ਬਹੁਤ ਵਧੀਆ ਗੱਲ ਕਰਨ ਦਾ ਅੰਦਾਜ਼ ਉਹਨਾਂ ਦਾ ਪਰਫਾਰਮ ਕਰਨ ਦਾ ਅੰਦਾਜ਼ ਮੈਨੂੰ ਬੜਾ ਚੰਗਾ ਲੱਗਦਾ ਆ ਆਪਾਂ ਜੇ ਤੁਸੀਂ ਕਹਿੰਦੇ ਹੋ ਵੀ ਵੀ ਤੁਹਾਨੂੰ ਲੱਗਦਾ ਵੀ ਮੈਂ ਉਹਨਾਂ ਦੇ ਲੈਵਲ ਤੱਕ ਨਹੀਂ ਮੈਂ ਉਹਨਾਂ ਦੀ ਕਮੀ ਨਹੀਂ ਮੈਂ ਪੂਰੀ ਕਰ ਸਕਦੀ ਮੈਂ ਕੋਸ਼ਿਸ਼ ਕਰਦੀ ਰਹਿਣੀ ਆ ਹਮੇਸ਼ਾ ਵੀ ਮੈਂ ਉਹਨਾਂ ਦੇ ਵਾਂਗੂ ਗਾਵਾ ਉਹਨਾਂ ਦੇ ਵਾਂਗੂ ਮੈਂ ਪਰਫਾਰਮ ਦਵਾ ਪਰ ਮੈਂ ਨਹੀਂ ਇੱਥੋਂ ਤੱਕ ਨਹੀਂ ਮੈਂ ਜਾ ਸਕਦੀ ਹਾਂਜੀ ਪਰ ਮੈਂ ਇੱਜ਼ਤ ਉਹਨਾਂ ਦੀ ਫੁੱਲ ਕਰਦੀ ਆ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੂੰਗੀ ਫਰੋਤਿਆਂ ਨੂੰ ਵੀ ਤੁਹਾਨੂੰ ਵੀ ਕਿ ਜਦੋਂ ਇਹਨਾਂ ਦੀ ਜੋੜੀ ਟੁੱਟੀ ਆ ਤਾਂ ਮੈਨੂੰ ਬਹੁਤ ਜ਼ਿਆਦਾ ਝਟਕਾ ਲੱਗਿਆ ਸੀ ਇਹ ਚੀਜ਼ ਦਾ ਹਾਲਾਂਕਿ ਮੈਂ ਪ੍ਰੋਗਰਾਮ ਉਹਨਾਂ ਦੇ ਨਾਲ ਲਾਇਆ ਪਰ ਮੈਨੂੰ ਪਤਾ ਨਹੀਂ ਸੀ ਗਾਏ ਗੱਲ ਦਾ ਪੀ ਇਹਨਾਂ ਦੇ ਵਿੱਚ ਕੋਈ ਅੰਡਰਸਟੈਂਡਿੰਗ ਹੈਗੀ ਆ ਜਾਂ ਕਿੱਦਾਂ ਆ ਹੈਨਾ ਜੀ ਜੀ ਮੈਨੂੰ ਤਾਂ ਇਹ ਸੀਗਾ ਵੀ ਚਲੋ ਉਹ ਬਿਮਾਰ ਨੇ ਕਿਉਂਕਿ ਮੈਂ ਨਾ ਤਾਂ ਇਸ ਗੱਲ ਤੱਕ ਵਿਚਰੀ ਸੀਗੀ ਮੈਨੂੰ ਸਿਰਫ ਇਹ ਸੀਗਾ ਮੈਨੂੰ ਕਿਹਾ ਗਿਆ ਸੀ ਸੁਰਿੰਦਰ ਮਾਨ ਜੀ ਕਰਮਜੀਤ ਕੰਮੋ ਜੀ ਉਹਨਾਂ ਦਾ ਫੋਨ ਆਇਆ ਸੀ ਮੈਂ ਪ੍ਰੋਗਰਾਮ ਤੇ ਸੀ ਜਲਾਲਾਬਾਦ ਜੀ ਤਾਂ ਮੈਨੂੰ ਉਹਨਾਂ ਦਾ ਫੋਨ ਆਇਆ ਵੀ ਇਦਾਂ ਕਰਕੇ ਰਾਜੇ ਰੋਜੀ ਬਿਮਾਰ ਆ ਤਾਂ ਤੁਹਾਨੂੰ ਪ੍ਰੋਗਰਾਮ ਲਾਉਣੇ ਪੈਣਗੇ ਜੀ ਵੀ ਇਦਾਂ ਕਰਕੇ ਇੱਕ ਪ੍ਰੋਗਰਾਮ ਕੱਲ ਦਾ ਲਾਉਣਾ ਪਊਗਾ ਮੈਂ ਕਿਹਾ ਕੋਈ ਗੱਲ ਨਹੀਂ ਦੀਦੀ ਬਟ ਮੈਂ ਕਿਹਾ ਮੈਂ ਉਹਨਾਂ ਦੇ ਨਾਲ ਕਿਵੇਂ ਲਾ ਸਕਦੀ ਆ ਵੀ ਉਹ ਹੈਨਾ ਤਾਂ ਚਲੋ ਉਹਨਾਂ ਨੇ ਮਾਰਨਿੰਗ ਮੈਨੂੰ 1 ਵਜੇ ਤੱਕ ਦੱਸਿਆ ਤਾਂ ਮੈਂ 1 ਵਜੇ ਮਾਰਨਿੰਗ ਗਈ ਆ ਕਿਉਂਕਿ ਮੈਂ ਰਾਤ ਦੇ ਪ੍ਰੋਗਰਾਮ ਤੇ ਸੀਗੀ ਜੀ ਜਲਾਲਾਬਾਦ ਤਾਂ ਮਾਰਨਿੰਗ ਜਾਣਾ ਸੀਗਾ ਉਹਨਾਂ ਦੇ ਨਾਲ ਮੇਰਾ ਮੇਰਾ ਰਾਤ ਦਾ ਸੀਗਾ ਚੰਡੀਗੜ੍ਹ ਉਸ ਦਿਨ ਉਹਨਾਂ ਦਾ ਸੀਗਾ ਖੰਨੇ ਪ੍ਰੋਗਰਾਮ ਜਿਹੜਾ ਮੈਂ ਪਹਿਲਾਂ ਲਾਇਆ अच्छा ਤਾਂ ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਦਾ ਵੀ ਕੋਈ ਏਦਾਂ ਗੱਲਬਾਤ ਹੋਈ ਹੈ ਹੂੰ ਤਾਂ ਉਸ ਤੋਂ ਬਾਅਦ ਜਿਵੇਂ ਚਲੋ ਲੋਕੀ ਕਮੈਂਟ ਵੀ ਕਰਦੇ ਸੀਗੇ ਜਾਂ ਕਿਦਾਂ ਜੋ ਵੀ ਆ ਉਹਨਾਂ 'ਚ ਗੱਲਬਾਤ ਸੀ ਮੇਰੀ ਆਦਤ ਹੈ ਜੀ ਮੈਂ ਜ਼ਿਆਦਾ ਇੰਟਰਫੇਅਰ ਨਹੀਂ ਕਰਦੀ ਕਿਸੇ ਦੀ ਲਾਈਫ 'ਚ ਮੈਂ ਆਪਣੇ ਕੰਮ ਤੱਕ ਮਤਲਬ ਰੱਖਦੀ ਹਾਂ ਜੀ ਤਾਂ ਮੈਂ ਪੁੱਛਿਆ ਵੀ ਨਹੀਂ ਜ਼ਿਆਦਾ ਬਸ ਮੈਂ ਆਪਣੀ ਏਜ ਜ਼ਰੂਰ ਪੁੱਛਿਆ ਦੀਦੀ ਹੁਣਾਂ ਤੋਂ ਵੀ ਕਿਦਾਂ ਦੀਦੀ ਹੁਣ ਠੀਕ ਨੇ ਤਾਂ ਉਹਨਾਂ ਨੇ ਮੈਨੂੰ ਕਿਹਾ ਠੀਕ ਹੈ ਹੂੰ ਆ ਫਿਰ ਇੱਕ ਦਿਨ ਜਦੋਂ ਮੈਨੂੰ ਪਤਾ ਲੱਗਦਾ ਆ ਤਾਂ ਮੈਂ ਫੋਨ ਲਾਇਆ ਦੀਦੀ ਨੂੰ ਹਮ ਰੋਜੀ ਦੀਦੀ ਨੂੰ ਤਾਂ ਉਹਨਾਂ ਨੂੰ ਮੈਂ ਫੋਨ ਲਾਇਆ ਉਹ ਕਹਿੰਦੇ ਵੀ ਇਦਾਂ ਕਰਕੇ ਮੈਂ ਕਿਹਾ ਜੇ ਤੁਸੀਂ ਮੈਨੂੰ ਕਹੋਗੇ ਦੀਦੀ ਹਮ ਤਾਂ ਮੈਂ ਕੰਮ करूंगी अदरवाइज ਮੈਂ ਨਹੀਂ करूंगी ਕਿਉਂਕਿ ਮੈਂ ਤੁਹਾਡੇ ਜਰੀਏ ਆਤਮਾ ਬਾਈ ਜੀ ਨੂੰ ਜਾਣਨ ਲੱਗੀ ਆ ਵੀ ਮੈਂ ਤੁਹਾਨੂੰ ਫੋਲੋ ਕਰਦੀ ਸੀ ਹੈਨਾ ਤੇ ਫਿਰ ਉਹ ਕਹਿੰਦੇ ਵੀ ਮੈਨੂੰ ਉਹਨਾਂ ਨੇ ਇੱਕ ਹੀ ਜਵਾਬ ਦਿੱਤਾ ਕਹਿੰਦੇ ਨਹੀਂ राजे ਕਹਿੰਦੇ ਤੂੰ ਕੰਮ ਕਰ ਕਹਿੰਦੇ ਜੇ ਤੂੰ ਨਹੀਂ ਗਾਏਂਗੀ ਹੋਰ ਕੁੜੀਆਂ ਵੀ ਨਾਲ ਗਾਉਣਗੀਆਂ ਨਾ ਆਤਮਾ ਜੀ ਦੇ ਨਾਲ ਕਹਿੰਦੇ ਕੋਈ ਨਾ ਤੂੰ ਆਪਣਾ ਕੰਮ ਕਰ ਕਹਿੰਦੇ ਮੈਨੂੰ ਕੋਈ ਟੈਨਸ਼ਨ ਨਹੀਂ ਜੀ ਤਾਂ ਉਸ ਦਿਨ ਤੋਂ ਬਾਅਦ ਮਤਲਬ ਅਸੀਂ ਇਹ ਚੀਜ਼ ਦੋਨਾਂ ਮੀਆਂ ਬੀਵੀ ਨੇ ਅਸੀਂ ਅਸੀਂ ਦੋਨੋਂ ਇਸਲਾਹ ਕਰਦੇ ਹਾਂ ਅਸੀਂ ਕਿਸੇ ਹੋਰ ਨਾਲ ਤੀਜੇ ਪਰਸਨ ਨਾਲ ਸਲਾਹ ਨਹੀਂ ਕਰਦੇ ਜਾਂ ਸਾਡੀ ਫੈਮਲੀ ਦੇ ਵਿੱਚ ਮੰਮੀ ਹੁਣਾਂ ਦੇ ਨਾਲ ਗੱਲਬਾਤ ਹੁੰਦੀ ਆ ਤਾਂ ਅਸੀਂ ਆਪਸ ਵਿੱਚ ਦੱਸ ਸਲਾਹ ਕੀਤੀ ਤਾਂ ਇਹ ਕਹਿੰਦੇ ਕੋਈ ਗੱਲ ਨਹੀਂ ਵਿੱਚ ਹੋਰ ਅਡਜਸਟ ਕਰਦੇ ਆ ਬਾਈ ਜੀ ਹੁਣਾਂ ਨੇ ਅਡਜਸਟ ਕਰਨਾ ਸ਼ੁਰੂ ਕੀਤਾ ਜਿਵੇਂ ਮੇਰੇ ਪ੍ਰੋਗਰਾਮ ਤਾਂ ਹੁੰਦੇ ਹੀ ਨੇ ਰਾਤ ਦੇ ਤਾਂ ਉਹ ਮਤਲਬ ਮੈਨੂੰ ਉਹ ਕਹਿ ਦਿੰਦੇ ਸੀ ਕੋਈ ਨਾ ਪੁੱਤ ਤੂੰ 4 ਵਜੇ ਚੱਲ ਜੀ ਹੁਣ ਵੀ ਇਦਾਂ ਹੀ ਹੁੰਦਾ ਹੈ ਜੀ ਹੁਣ ਵੀ ਅਸੀਂ ਜਿੱਦਾਂ ਮਤਲਬ ਮੈਂ 4 ਵਜੇ 4:30 ਮਤਲਬ ਜਿੰਨੀ ਕੁ ਗੁਜਾਇਸ਼ ਹੁੰਦੀ ਹੈ ਟਾਈਮ ਦੀ ਮੈਂ ਮੈਕਸਿਮਮ ਮੈਂ ਦੂਰ ਹੀ ਜਾਣਾ ਹੁੰਦਾ ਪ੍ਰੋਗਰਾਮ ਤੇ ਅੰਮ੍ਰਿਤਸਰ ਹੁੰਦੇ ਨੇ ਜਾਂ ਕਿਦਾਂ ਵੀ ਹੈ ਹੈਨਾ ਤਾਂ ਮੈਨੂੰ ਉਹ ਕਹਿ ਦਿੰਦੇ ਨੇ ਕੋਈ ਗੱਲ ਨਹੀਂ ਤੂੰ ਚੱਲ ਜਾ ਓਕੇ ਹਮੇਸ਼ਾ ਮੈਨੂੰ ਭੈਣੀ کہہ ਕੇ ਪੁੱਤ کہہ ਕੇ ਗੱਲ ਕਰਦੇ ਨੇ ਉਹ ਕਹਿ ਦਿੰਦੇ ਆ ਪੁੱਤ ਕੋਈ ਗੱਲ ਨਹੀਂ ਤੂੰ ਚੱਲ ਜਾ ਜੀ ਤੇਰਾ ਉਹ ਵੀ ਪ੍ਰੋਗਰਾਮ ਮਿਸ ਨਹੀਂ ਹੋਣਾ ਚਾਹੀਦਾ ਜੀ ਉਹਨਾਂ ਨੇ ਵੀ ਕਦੇ ਮਤਲਬ ਇਹ ਚੀਜ਼ ਨਹੀਂ ਸੋਚੀ ਵੀ ਇਹ ਆਪਣਾ ਪ੍ਰੋਗਰਾਮ ਛੱਡੀ ਜੀ ਹਾਂਜੀ ਇੱਕ ਕੈਪੇਬਿਲਿਟੀ ਤੇ ਕਪੈਸਿਟੀ ਹੁੰਦੀ ਹੈ ਆਰਟਿਸਟ ਦੇ ਵਿੱਚ ਕਿ ਉਹ ਤੁਹਾਨੂੰ ਆਪਣੇ ਲੈਵਲ ਤੱਕ ਆਪਣੇ ਬਰਾਬਰ ਦਾ ਸਮਝੇ ਮੈਂ ਤੁਹਾਨੂੰ ਇਹ ਨਾ ਦਿਖਾਵੇ ਕਿ ਤੁਸੀਂ ਮੈਨੂੰ ਪਿੱਛੋਂ ਗੌਣ ਲੱਗੇ ਹੋ ਤਾਂ ਪਿੱਛੇ ਉਹ ਹਾਂਜੀ ਬਿਲਕੁਲ ਜੀ ਨਹੀਂ ਦੇਖੋ ਲੈਵਲ ਦੀ ਜੇ ਆਪਾਂ ਗੱਲ ਕਰੀਏ ਜੇ ਚਲੋ ਮੈਂ ਜੇ ਤੁਸੀਂ ਹੁਣ ਕਿਹਾ ਸੀ ਹੈਨਾ ਕਿ ਤੁਸੀਂ ਉਹਨਾਂ ਦੇ ਲੈਵਲ ਤੱਕ ਮਤਲਬ ਮੈਂ ਇਹ ਚੀਜ਼ ਤਾਂ ਮੈਨੂੰ ਲੱਗਦਾ ਮੈਂ ਕਦੇ ਵੀ ਨਹੀਂ ਆਪਦੇ ਆਪ ਚ ਲੈ ਕੇ ਆਉਂਗੀ ਕਿਉਂਕਿ ਜਿਹੜੀ ਜਿਹੜੀ ਜਗ੍ਹਾ ਉਹਨਾਂ ਦੀ ਸੀ ਉਹਨਾਂ ਦੀ ਸੀ ਜਿੱਦਾਂ ਉਹ ਗਾ ਸਕਦੇ ਉਹ ਹੀ ਗਾ ਸਕਦੇ ਨੇ ਮੈਂ ਉਹਨਾਂ ਨੂੰ ਫੋਲੋ ਕਰਦੀ ਹਾਂ ਬਸ ਹਾਂਜੀ ਔਰ ਬਾਈ ਜੀ ਦੇ ਗਾਣੇ ਬਹੁਤ ਸੋਹਣੇ ਹੁੰਦੇ ਆ ਮੱਲੋ ਜੋਰੀ ਦਿਲ ਕਰਦਾ ਵੀ ਚਲੋ ਗਾ ਕੇ ਸੁਣਾਓ ਫਿਰ ਹਾਂਜੀ ਇਹ ਆ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀਗਾ ਬੰਦੇ ਦੀ ਬਰਾਬਰੀ ਨਾ ਸੋਹਣੀ ਨਾਰ ਨੂੰ ਸੋ ਇਹ ਗਾਣਾ ਤਾਂ ਚਲੋ ਮੇਰੀ ਆਵਾਜ਼ ਦੇ ਵਿੱਚ ਹੀ ਉਹਨਾਂ ਦੇ ਨਾਲ ਆਇਆ ਸੀ ਮੈਂ ਦੀਦੀ ਦੇ ਗਾਣੇ ਗਵਾਨੀਆਂ ਸਟੇਜ ਤੇ ਵੀ ਉਹਨਾਂ ਦੇ ਨਾਲ ਤਾਂ ਉਹ ਜਿਹੜਾ ਹੈਗਾ ਹੈਨਾ ਚਮਚਾ ਨਾਲ ਸ਼ਰਾਬਾਂ ਜੀ ਹੋ ਜੋੜੀਆਂ ਜੱਗ ਵਿੱਚ ਹੁਣ ਥੋੜੀਆਂ ਕਹਿੰਦੇ ਸੱਚ ਸਿਆਣੇ ਵੇ ਰਿਸ਼ਤੇ ਵਿੱਚ ਵਿਚੋਲਾ ਪਾਇਆ ਲਾ ਦਿੰਦਾ ਗੱਲ ਟਿਕਾਣੇ ਵੇ ਬਹੁਤੀ ਦੇਰ ਛਪਾਨੀ ਹੁੰਦਾ ਬਹੁਤੀ ਦੇਰ ਛਪਾਨੀ ਹੁੰਦਾ ਸਾਕਾਂ ਦੇ ਵਿੱਚ ਓਲਿਆਂ ਨੂੰ ਵਿਆਹ ਕਰਵਾ ਕੇ ਮੰਗਰਾਂ ਪੁੱਛਦਾ ਕੌਣ ਵਿਚੋਲਿਆਂ ਨੂੰ ਵਿਆਹ ਕਰਵਾ ਕੇ ਮੰਗਰਾਂ ਪੁੱਛਦਾ ਕੌਣ ਵਿਚੋਲਿਆਂ ਨੂੰ ਵੱਡਿਆਂ ਘਰਾਂ ਦੇ ਕਾਕੇ ਸ਼ੌਂਕੀ ਸ਼ੌਂਕੀ ਵੱਡਿਆਂ ਘਰਾਂ ਦੇ ਨਿੱਤ ਪਟੋਲੇ ਨਵੇਂ ਭਾਲਦੇ ਕੁੰਮ ਦੇ ਵਿੱਚ ਬਜਾਰਾਂ ਦੇ ਨਿੱਤ ਪਟੋਲੇ ਨਵੇਂ ਭਾਲਦੇ ਕੁੰਮ ਦੇ ਵਿੱਚ ਬਜਾਰਾਂ ਦੇ ਕਿਹੜਾ ਆ ਕੇ ਦੁਖੜੇ ਸੁਣਦਾ ਕਿਹੜਾ ਆ ਕੇ ਦੁਖੜੇ ਸੁਣਦਾ ਇਸ਼ਕ ਚ ਲੁੱਟੀਆਂ ਹੀਰਾਂ ਦੇ ਚਮਚਾ ਨਾਲ ਸ਼ਰਾਬ ਹੁੰਦੇ ਨੇ ਚੋਜ ਅਮੀਰਾਂ ਦੇ ਚਮਚਾ ਨਾਲ ਸ਼ਰਾਬ ਹੁੰਦੇ ਨੇ ਚੋਜ ਅਮੀਰਾਂ ਦੇ ਕੀ ਬਾਤ ਹੈ ਕੀ ਬਾਤ ਹੈ ਬੜਾ ਜ਼ਬਰਦਸਤ ਗਾਉਣੀ ਤੁਸੀਂ ਇੱਕ ਕਦੇ ਸੂਫੀ ਟੱਚ ਨਹੀਂ ਟਰਾਈ ਕੀਤਾ ਤੁਸੀਂ ਹਾਂਜੀ ਬਿਲਕੁਲ ਜੀ ਮੈਂ ਮਤਲਬ ਮੈਨੂੰ ਲੱਗਦਾ ਵੀ ਕੋਈ ਵੀ ਚਾਹੇ ਪਸ਼ਾ ਬਦਲਾ ਲੀਏ ਗੁਰਬਾਣੀ ਲਾ ਲੀਏ ਮੈਂ ਹਮੇਸ਼ਾ ਹੀ ਸ਼ੌਂਕ ਹੈ ਮੈਨੂੰ ਇੰਨਾ ਜ਼ਿਆਦਾ ਵੀ ਮੈਂ ਔਰ ਲਾਈਨ ਦੇ ਵਿੱਚ ਉਹਨੂੰ ਟੱਚ ਕਰਦੀ ਰਹਿਣੀ ਹੈ ਵੀ ਆਹ ਚੀਜ਼ ਮੇਰੇ ਤੋਂ ਗਾਈ ਜਾਏਗੀ ਜੀ ਜੀ ਇਹ ਨਹੀਂ ਜੇ ਮੇਰਾ ਇੱਕ ਹੁਣ ਆਉਣ ਵਾਲਾ ਹੈਗਾ ਕੁਆਲੀ ਕੀਤੀ ਹੈ ਮੈਂ ਹੈਨਾ ਤਾਂ ਸੂਫੀ ਮੈਂ ਤੁਹਾਨੂੰ ਉਹ ਸੁਣਾਉਣੀ ਆ ਜੀ ਤੇਰੇ ਦਰ ਜਹਾਨ ਦਰ ਲਬਦਾ ਤੇਰੇ ਦਰ ਜਹਾਨ ਦਰ ਲਬਦਾ ਹੋਰ ਕਿਹੜੇ ਦਰ ਤੇ ਜਾਵਾਂ ਮੈਂ आवे समझ ना तेनू खुदा आखा जा कह के, के यार बुलावा मैं आवे समझ ना तेनू खुदा आखा जा कह के, के यार बुलावा मैं क्या बात है बहुत खूबसूरत बहुत ही खूबसूरत ਇੱਕ ਨਾ ਇਹ ਮੰਨਿਆ ਜਾਂਦਾ ਹੈ ਕਿ ਜਿਵੇਂ ਕਿਸੇ ਵੀ ਫੀਲਡ ਦੇ ਵਿੱਚ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਹੈਨਾ ਕਿ ਉਹਨਾਂ ਨੂੰ ਕਾਫੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਿਹੜਾ ਇਹ ਵਾਲਾ ਫੀਲਡ ਹੈ ਇਹਦੇ ਵਿੱਚ ਕੁੜੀਆਂ ਨੂੰ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਅ ਪਹਿਲੀ ਗੱਲ ਤਾਂ ਮੈਂ ਇਸ ਮਸਲੇ ਤੇ ਤੁਹਾਡੇ ਕੁਐਸਚਨ ਤੇ ਇਹ ਗੱਲ ਕਹਿਣਾ ਚਾਹੂੰਗੀ ਕਿ ਜੇ ਕੁੜੀਆਂ ਨੂੰ ਪ੍ਰੋਬਲਮਸ ਆਉਂਦੀਆਂ ਤਾਂ ਕਈ ਵਾਰੀ ਇਦਾਂ ਆ ਵੀ ਸਾਡੀ ਖੁਦ ਦੀ ਸੋਚ ਉਦਾਂ ਦੀ ਹੋ ਜਾਂਦੀ ਹੈ ਕਿ ਅਸੀਂ ਉਦਾਂ ਦਾ ਸੋਚਣ ਲੱਗ ਜਾਨੇ ਆ ਵੀ ਜੇ ਸਾਡੀ ਕੁੜੀ ਇਦਾਂ ਜਾਊਗੀ ਤਾਂ ਸ਼ਾਇਦ ਉਹ ਇਸ ਇਦਾਂ ਹੋ ਸਕਦਾ ਹੂੰ ਤਾਂ ਉਹਦੇ ਵਿੱਚ ਜਿੱਦਾਂ ਦੇ ਕਈ ਵਾਰੀ ਹੁਣ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਨਿਊਜ਼ ਦੇਖਦੇ ਆਂ ਹੈਨਾ ਜਾਂ ਕਈ ਘਰਾਂ ਦੇ ਹਾਲਾਤ ਉਦਾਂ ਦੇ ਹੋ ਜਾਂਦੇ ਆ ਵੀ ਬੱਚਿਆਂ ਦੀ ਖਾਤਰ ਮਾਪੇ ਬਾਪ ਨੂੰ ਪਤਾ ਨਹੀਂ ਕਿੱਥੋਂ ਤੱਕ ਤੋਲਣਾ ਪੈ ਜਾਂਦਾ ਜੀ ਬਿਲਕੁਲ ਤਾਂ ਇਸ ਗੱਲ ਪੱਖੋਂ ਮੈਂ ਥੋੜਾ ਜਿਹਾ ਮੈਂ ਕਹਿੰਨੀ ਆ ਵੀ ਮਾਪੇ ਤਾਂ ਵੀ ਡਰ ਜਾਂਦੇ ਨੇ ਜੀ ਵੀ ਸ਼ਾਇਦ ਸਾਨੂੰ ਕੋਈ ਇਦਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਹੈਨਾ ਤੇ ਜੇ ਕੁੜੀਆਂ ਨੇ ਕੰਮ ਕਰਨਾ ਹੈ ਤਾਂ ਮੈਨੂੰ ਲੱਗਦਾ ਵੀ ਨੀਡਰ ਹੋ ਕੇ ਕਰਨਾ ਚਾਹੀਦਾ ਚਾਹੇ ਕੁੜੀਆਂ ਵਿਆਹੀਆਂ ਤੇ ਚਾਹੇ ਕੁਵਾਰੀਆਂ ਨੇ ਕੋਈ ਝਿਜਕ ਨਹੀਂ ਰੱਖਣੀ ਚਾਹੀਦੀ ਆਪਣੇ ਆਪ ਨੂੰ ਇਹ ਸਮਝਣਾ ਚਾਹੀਦਾ ਕਿ ਅਸੀਂ ਬੰਦੇ ਆ ਸਾਨੂੰ ਕੋਈ ਨਹੀਂ ਕੁਝ ਕਹਿ ਸਕਦਾ ਜੀ ਅਸੀਂ ਆਪਣੇ ਦਮ ਤੇ ਕੰਮ ਕਰਨਾ ਹੈ ਜੇ ਸਾਡੇ ਵਿੱਚ ਹੈ ਕੁਝ ਮਤਲਬ ਕੋਈ ਹਿੰਮਤ ਹੈ ਸਾਡੇ ਚ ਕੰਮ ਕਰਨ ਦੀ ਤਾਂ ਅਸੀਂ ਕਰ ਸਕਦੇ ਹਾਂ ਹਿੰਮਤ ਦੇ ਨਾਲ ਸਾਨੂੰ ਕੋਈ ਮੁਸੀਬਤ ਨਹੀਂ ਆਊਗੀ ਤੇ ਪਰ ਜ਼ਰੂਰੀ ਨਹੀਂ ਐ ਮਤਲਬ ਸਿੰਗਿੰਗ ਲਾਈਨ ਦੇ ਵਿੱਚ ਹੀ ਹੋਰ ਵੀ ਬਹੁਤ ਸਾਰੀਆਂ ਲਾਈਨਸ ਨੇ ਵੀ ਜੀ ਜਿੱਦਾਂ ਮੈਂ ਬੱਚਿਆਂ ਨੂੰ ਵੀ ਇਹੀ ਅੱਜਕੱਲ ਦੀ ਜਨਰੇਸ਼ਨ ਨੂੰ ਕਹਿਣਾ ਚਾਹੂੰਗੀ ਵੀ ਆਪਣੇ ਮਾਪੇ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਜੀ ਬਿਲਕੁਲ ਜੇ ਅਸੀਂ ਉਹਨਾਂ ਤੋਂ ਮਤਲਬ ਉਹਨਾਂ ਦੀ ਸਿੱਖਿਆ ਲੈ ਕੇ ਜੇ ਸਾਨੂੰ ਉਹ ਕੁਝ ਸਮਝਾਉਂਦੇ ਨੇ ਤਾਂ ਸਾਡੇ ਕੁਝ ਚੰਗੇ ਲਈ ਸਮਝਾਉਂਦੇ ਆ ਤੇ ਬੱਚਿਆਂ ਨੂੰ ਵੀ ਥੋੜਾ ਜਿਹਾ ਸਮਝਣਾ ਚਾਹੀਦਾ ਹੈ ਔਰ ਮਾਪੇ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸਾਡੇ ਬੱਚੇ ਦਾ ਕੀ ਸ਼ੌਂਕ ਹੈ ਤੇ ਅਸੀਂ ਕੀ ਪੂਰਾ ਕਰਨਾ ਕਿਵੇਂ ਕਰਨਾ ਜੀ ਬਿਲਕੁਲ ਹੈਨਾ ਜੀ ਤੇ ਮੁਸੀਬਤਾਂ ਤਾਂ ਮਰਦਾਂ ਤੇ ਆਉਂਦੀਆਂ ਨੇ ਮਰਦਾਂ ਤੇ ਹੈ ਨਾ ਜੀ ਜੀ ਤੇ ਸਾਨੂੰ ਡੋਲਣਾ ਨਹੀਂ ਚਾਹੀਦਾ ਕਦੇ ਵੀ ਜੀ ਬਿਲਕੁਲ ਤੇ ਮੈਮ ਕਦੇ ਕਿਸੇ ਫੀਚਰ ਫਿਲਮ ਦੇ ਵਿੱਚ ਗਉਣ ਦਾ ਮੌਕਾ ਮਿਲਿਆ ਨਹੀਂ ਜੀ ਹਜੇ ਤੱਕ ਤਾਂ ਨਹੀਂ ਤੇ ਮੈਨੂੰ ਲੱਗਦਾ ਵੀ ਪਰਮਾਤਮਾ ਜਲਦੀ ਜੀ ਜੀ ਹਾਂ ਉਮੀਦ ਕਰਦੇ ਹਾਂ ਉਮੀਦ ਕਰਦੀ ਹਾਂ ਜੀ ਤੇ ਕਿੰਨੇ ਕ ਜਿਹੜੇ ਫਾਰਨ ਟੂਰ ਨੇ ਉਹ ਤੁਸੀਂ ਲਾਏ ਆ ਅਹ ਦੇਖੋ ਜੀ ਫੋਰਨ ਟੂਰ ਤਾਂ ਮੈਂ ਦੋ ਵਾਰ ਹੁਣ ਗਈ ਆ ਆਸਟ੍ਰੇਲੀਆ ਜੀ ਤੇ ਬੜਾ ਜਿਆਦਾ ਪਿਆਰ ਉੱਥੇ ਵੀ ਮਿਲਦਾ ਦੇਖਿਆ ਮੈਂ ਜਿੱਦਾਂ ਜਿੱਦਾਂ ਇੱਥੇ ਸਰੋਤਿਆਂ ਦਾ ਪਿਆਰ ਮਿਲਦਾ ਨਾ ਜੀ ਬਿਲਕੁਲ ਉਸੇ ਤਰ੍ਹਾਂ ਹੀ ਉੱਥੇ ਵੀ ਮੈਨੂੰ ਲੱਗਦਾ ਵੀ ਮੇਬੀ ਜਦੋਂ ਮੈਂ ਗਈ ਆ ਤੀਆਂ ਦੇ ਪ੍ਰੋਗਰਾਮ ਤੇ ਜੀ ਕਲਾਈਡ ਦੀਆਂ ਤੀਆਂ ਸੀ ਆਸਟ੍ਰੇਲੀਆ ਦੇ ਵਿੱਚ ਮੈਲਬਨ 'ਚ ਤਾਂ ਮੈਨੂੰ ਲੱਗਦਾ ਮੈਕਸਿਮਮ ਜਦੋਂ ਮੈਂ ਗਈ ਆ ਤੇ 7-8000 ਲੋਕ ਦਾ ਕਰਾਊਡ ਸੀਗਾ ਜੀ ਜਿੱਥੇ ਮੈਂ ਪ੍ਰੋਗਰਾਮ ਲਾਇਆ ਜੀ ਤਾਂ ਇੰਨਾ ਕੁ ਜ਼ਿਆਦਾ ਪਿਆਰ ਮਿਲਿਆ ਹੂੰ ਤੇ ਮੈਂ ਧੰਨਵਾਦ ਕਰਦੀ ਆ ਮੈਲਬਨ ਵਾਲਿਆਂ ਦਾ ਵੀ ਜੀ ਜਿਨ੍ਹਾਂ ਨੇ ਐਸਕੋਰ ਨੂੰ ਉੱਥੇ ਬੁਲਾ ਕੇ ਸਾਰਿਆਂ ਦੇ ਰੂਬਰੂ ਕੀਤਾ ਜੀ ਅੱਛਾ ਇੱਕ ਤੁਸੀਂ ਨਾ ਮਤਲਬ ਤੁਹਾਡਾ ਪੂਰਾ ਨਾਮ ਦੱਸੋ ਕਿਉਂਕਿ ਐਸਕੋਰ ਐਸਕੋਰ ਕਿਉਂਕਿ ਇਹ ਐਸ .ਕਰ ਹੈ ਨਾ ਫੁੱਲ ਨੇਮ ਹੋਣਾ ਚਾਹੀਦਾ ਨਾ ਬੰਦੇ ਦਾ ਐ ਇਦਾਂ ਹੈ ਜੀ ਜਿਹੜਾ ਫੁੱਲ ਨੇਮ ਹੈ ਸਰਬਜੀਤ ਕਾਰਾ ਮੇਰਾ ਅੱਛਾ ਤੇ ਸਰਬਜੀਤ ਤੋਂ ਫਿਰ ਐਸਕੋਰ ਕਰਦਾ ਜੀ ਬਾ ਜਦੋਂ ਗੁਆਣਾ ਸਟਾਰਟ ਕੀਤਾ ਸੀਗਾ ਤੇ ਕੋਲੀਆ ਜੀ ਨੇ ਹੀ ਰੱਖਿਆ ਨਾਮ ਮੇਰਾ ਇਹ ਕਾ ਆਰਟਿਸਟਿਕ ਨੇਮ ਹੋਣਾ ਸੀ ਹਾਂਜੀ ਜਿੱਦਾਂ ਕੋਰ ਵੀ ਸੀਗੇ ਹੈਨਾ ਤੇ ਉਦੋਂ ਮਤਲਬ ਇਸ ਲਾਈਨ ਦੇ ਵਿੱਚ ਜਦੋਂ ਆਈ ਆਈ ਆ ਤਾਂ ਉਦੋਂ ਫਿਰ ਕੋਲੀਆ ਜੀ ਕਹਿੰਦੇ ਵੀ ਆਪਾਂ ਅ ਕੱਲ ਨੂੰ ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਜਿੱਦਾਂ ਡਾਕੂਮੈਂਟਸ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਹੈਨਾ ਕਿ ਆਪਾਂ ਐਸਕੋਰ ਨਾਮ ਕਰਦੇ ਹਾਂ ਜੀ ਤੇ ਮੈਨੂੰ ਲੱਗਦਾ ਵੀ ਉਹਨਾਂ ਨੇ ਐਸਕੋਰ ਨਾਮ ਇਹੋ ਜਿਹਾ ਰੱਖਿਆ ਤੇ ਅੱਜ ਸਪਰੈਡ ਹੋ ਗਿਆ ਐਸ ਤੋਂ ਸਪਰੈਡ ਹੋ ਗਿਆ ਬਿਲਕੁਲ ਜੀ ਤੇ ਤੁਸੀਂ ਕੋਲੀਆ ਜੀ ਦਾ ਬਹੁਤ ਜ਼ਿਕਰ ਕੀਤਾ ਕਿੱਥੇ ਮਿਲੇ ਤੁਸੀਂ ਕੋਲੀਆ ਜੀ ਨੂੰ ਕੋਲੀਆ ਜੀ ਬਸ ਅਸੀਂ ਬਰਨਾਲੇ ਮਿਲੇ ਸੀਗੇ ਜੀ ਜੀ ਹਾਂਜੀ ਕਿਸੇ ਫੰਕਸ਼ਨ ਤੇ ਮਿਲੇ ਸੀਗੇ ਤੇ ਉੱਥੇ ਮੇਰੀ ਫਰੈਂਡ ਸੀਗੇ ਉਹਨਾਂ ਦੇ ਉਹ ਨੋਨ ਸੀਗੇ ਜੀ ਤੇ ਮਤਲਬ ਉਹਨਾਂ ਨੇ ਕਿਹਾ ਸੀ ਕਹਿੰਦੇ ਵੀ ਏਦਾਂ ਕਰਕੇ ਤੁਹਾਨੂੰ ਸਿੰਗਿੰਗ ਦਾ ਸ਼ੌਂਕ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ ਗਾਉਂਦੀ ਰਹਿੰਦੀ ਸੀ ਹਮੇਸ਼ਾ ਜੀ ਤੇ ਉਹਨਾਂ ਨੂੰ ਵੀ ਸ਼ੌਂਕ ਸੀਗਾ ਉਹਨਾਂ ਨੇ ਵੀ ਮਤਲਬ ਉਹਨਾਂ ਨੂੰ ਸੁਣਿਆ ਸੀਗਾ ਤੇ ਕਹਿੰਦੇ ਵੀ ਤੁਹਾਨੂੰ ਅਸੀਂ ਉਹਨਾਂ ਦੇ ਨਾਲ ਮਿਲਾਉਨੇ ਆ ਜੀ ਤੇ ਜਦੋਂ ਅਸੀਂ ਮਿਲੇ ਫਿਰ ਤੇ ਪਰਮਾਤਮਾ ਨੇ ਐਸਾ ਮਿਲਾਇਆ ਤੁਮੀ ਮਿਲ ਗਏ ਬਿਲਕੁਲ ਜੀ ਤੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਹੈਨਾ ਜਿਹੜੇ ਟਾਈਮ ਦੇ ਵਿੱਚ ਹਾਂਜੀ ਤੇ ਕੀ ਤੁਹਾਨੂੰ ਲੱਗਦਾ ਸੀਗਾ ਕਿ ਮੈਂ ਇੱਥੋਂ ਤੱਕ ਪਹੁੰਚਾਂ ਨਹੀਂ ਮੈਨੂੰ ਮਤਲਬ ਮੇਰਾ ਦਿਲ ਹਮੇਸ਼ਾ ਡਰਦਾ ਸੀ ਹੂੰ ਤੇ ਕੋਲੀਆ ਜੀ ਹਮੇਸ਼ਾ ਮੈਨੂੰ ਪ੍ਰੇਰਿਤ ਕਰਦੇ ਸੀ ਮੈਨੂੰ ਹੌਸਲਾ ਦਿੰਦੇ ਸੀ ਜੀ ਪਹਿਲੀ ਗੱਲ ਤਾਂ ਮੈਂ ਆਪਣੇ ਆਪ ਨੂੰ ਬੜੀ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਮੇਰੇ ਹਸਬੰਡ ਬਹੁਤ ਚੰਗੇ ਮਿਲੇ ਐ ਜੀ ਸਾਰੀਆਂ ਕੁੜੀਆਂ ਨੂੰ ਇਦਾਂ ਦਾ ਹਸਬੰਡ ਮਿਲੇ ਨਹੀਂ ਉਹ ਪੋਸਿਬਲ ਨਹੀਂ ਵੀ ਹਰ ਇੱਕ ਕੁੜੀ ਦਾ ਸ਼ੌਂਕ ਪੂਰਾ ਹੋ ਸਕੇ ਹੈਨਾ ਜੀ ਜੀ ਇੰਨੀ ਸਪੋਰਟ ਜਿੰਨੀ ਮੈਨੂੰ ਸਪੋਰਟ ਮੇਰੀ ਫੈਮਲੀ ਕਰਦੀ ਐ ਮੇਰੇ ਹਸਬੰਡ ਕਰਦੇ ਐ ਤੇ ਮੈਂ ਕਹਿੰਨੀ ਐ ਵੀ ਸਾਰੀਆਂ ਕੁੜੀਆਂ ਨੂੰ ਇੰਨੀ ਸਪੋਰਟ ਮਿਲੇ ਤੇ ਕਿਸੇ ਨੂੰ ਕੋਈ ਕਮੀ ਨਾ ਰਹੇ ਸ਼ਾਇਦ ਹੈ ਨਾ ਜੀ ਹਾਂ ਕਿ ਹਰ ਇੱਕ ਨੂੰ ਆਪਣੇ ਸੁਪਨੇ ਪੂਰੇ ਕਰਨ ਦੀ ਆਜ਼ਾਦੀ ਹੋਵੇ ਹਾਂ ਸੁਪਨੇ ਹਾਂ ਬਿਲਕੁਲ ਬਿਲਕੁਲ ਜੀ ਤੇ ਐ ਹੁਣ ਕਿੱਥੇ ਦੇਖਦੇ ਹਾਂ ਤੁਸੀਂ ਆਪਣੇ ਆਪ ਨੂੰ ਆਉਣ ਵਾਲੇ ਸਾਲਿਆਂ ਦੁੱਖ ਸਾਲਾਂ 'ਚ ਬਸ ਦੇਖੀ ਜਾਨੀਏ ਜਿਵੇਂ ਆਪਣੇ ਆਪ ਸਰੋਤੇ ਪਿਆਰੀ ਇਹਨਾਂ ਬਖਸ਼ਦੇ ਨੇ ਤਾਂ ਮੈਨੂੰ ਐਂ ਲੱਗਦਾ ਆ ਵੀ ਕੋਈ ਦਿਨ ਇਹੋ ਜਿਹਾ ਹੋਊਗਾ ਵੀ ਮੈਨੂੰ ਲੱਗਦਾ ਵੀ ਮੈਨੂੰ 2 ਘੰਟੇ ਵੀ ਜਿਹੜੇ ਘਰੇ ਸਪੈਂਡ ਮੈਂ ਕਰਦੀ ਆ ਹੁਣ ਤਾਂ ਮੈਨੂੰ ਲੱਗਦਾ ਮੈਨੂੰ ਉਹ ਵੀ ਨਹੀਂ ਮਿਲਣਗੇ ਅੱਛਾ ਹਾਂ ਬਿਲਕੁਲ ਕੀ ਬਾਤ ਬੜਾ ਥਿਆ ਬਾਤ ਹੈ ਧੰਨਵਾਦ ਕਰਦੀ ਆ ਮੈਂ ਸਾਰੇ ਸਰੋਤਿਆਂ ਦਾ ਹੂੰ ਤੇ ਜਿੰਨਾ ਵੀ ਸਾਡਾ ਕਲਾਕਾਰ ਭਾਈਚਾਰਾ ਜੀ ਜਿਨ੍ਹਾਂ ਨੇ ਮੈਨੂੰ ਮਤਲਬ سپورਟ ਕੀਤੀ ਤੇ ਮੈਂ ਇੱਥੋਂ ਤੱਕ ਆਈ ਆ ਸਾਰਿਆਂ ਦੀ سپورਟ ਦੇ ਨਾਲ ਹੈਨਾ ਜੀ ਤੇ ਹਮੇਸ਼ਾ ਮੇਰੀ ਕੋਸ਼ਿਸ਼ ਹੈ ਜਿਵੇਂ ਮੈਨੂੰ ਪਸੰਦ ਕਰਦੇ ਨੇ ਸਾਰੇ ਹਮ ਮੈਂ ਸੱਭਿਆਚਾਰ ਦਾਇਰੇ ਚ ਰਹਿ ਕੇ ਗਾਵਾਂ ਇਦਾਂ ਹੀ ਗਾਵਾਂ ਬਸ ਜੀ ਤੇ ਕਿੰਨੇ ਕ ਮਾਨ ਸਨਮਾਨ ਹੈ ਜਿਹੜਾ ਤੁਹਾਡੇ ਹਿੱਸੇ ਆਏ ਆ ਮਾਨ ਸਨਮਾਨ ਤਾਂ ਦੇਖੋ ਜੀ ਮਾਨ ਸਨਮਾਨ ਤਾਂ ਮੇਰੇ ਲਈ ਬਹੁਤ ਹੈ ਜਦੋਂ ਕੋਈ ਫੈਮਿਲੀ ਫੋਨ ਕਰਦੀ ਹੈ ਨਾ ਮੈਨੂੰ ਹਮ ਅੱਜ ਦੇ ਟਾਈਮ ਦੇ ਵਿੱਚ ਜੀ ਕਿ ਐਸਕੋਰਜੀ ਤੁਸੀਂ ਆ ਦਿਨ ਚ ਫ੍ਰੀ ਹੋ ਅਸੀਂ ਉਸ ਦਿਨ ਦਾ ਵਿਆਹ ਫਾਈਨਲ ਕਰਾਂਗੇ। ਕੀ ਬਾਤ ਹੈ। ਤਾਂ ਉਹ ਦੋ ਅੱਖਾਂ 'ਚ ਪਾਣੀ ਵੀ ਆ ਜਾਂਦਾ ਹੈ ਤੇ ਖੁਸ਼ੀ ਵੀ ਹੁੰਦੀ ਹੈ ਵੀ ਇਦਾਂ ਦਾ ਮਾਨ ਸਤਕਾਰ ਮਿਲਦਾ ਰਹੇ ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਜੀ ਜੀ ਤੇ ਹੁਣ ਤੱਕ ਕਾਫੀ ਸਾਰੇ ਪ੍ਰੋਗਰਾਮ ਲਾ ਚੁੱਕੇ ਹੋ ਤੁਸੀਂ ਡਿਊਟ ਵੀ ਸੋਲੋ ਵੀ ਟੈਲੀਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਤੁਸੀਂ ਥੀਏਟਰ ਵੀ ਕੀਤਾ ਹੈ ਤੁਸੀਂ ਹੈਨਾ ਤੇ ਕੋਈ ਇਹੋ ਜਿਹੀ ਯਾਦ ਜਿਹੜੀ ਤੁਹਾਨੂੰ ਲੱਗਿਆ ਕਿ ਹਾਲੇ ਵੀ ਮੈਨੂੰ ਉਹ ਜਿਹੜੀ ਚੀਜ਼ ਹੈ ਵੀ ਬਹੁਤ ਵਧੀਆ ਲੱਗਦੀ ਹੈ ਕਈ ਵਾਰੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਯਾਦ ਕਰਕੇ ਸਾਨੂੰ ਬੜਾ ਵਧੀਆ ਤੇ ਸੋਹਣਾ ਜਿਹਾ ਫੀਲ ਹੁੰਦਾ ਹੈ ਕੋਈ ਇਸ ਤਰ੍ਹਾਂ ਦੀ ਯਾਦ ਹੈ ਜਿਹੜੀ ਉਹ ਸਾਡੇ ਨਾਲ ਸਾਂਝੀ ਕਰੋ ਹਾਂਜੀ ਯਾਦਾਂ ਤਾਂ ਬਹੁਤ ਜ਼ਿਆਦਾ ਨਹੀਂ ਹੂੰ ਤੇ ਪਰ ਇਕ ਵਾਰ ਅਸੀਂ ਜਿੱਦਾਂ ਮੂਵੀ ਕਰ ਰਹੇ ਸੀ ਮੈਂ ਔਰ ਕੋਲੀਆ ਜੀ ਸਾਡਾ ਸ਼ਾਰਟ ਸੀਗਾ ਭਜਨਾ ਮਲੀ ਜੀ ਦੇ ਨਾਲ ਜੀ ਤਾਂ ਉਹ ਕੁਛ ਨਾ ਮੈਂ ਇਦਾਂ ਮਾਰ ਕੇ ਕਹਿਣਾ ਹੁੰਦਾ ਆ ਹਮ ਬਾਈ ਜੀ ਨੂੰ ਜੀ ਤਾਂ ਤੁਸੀਂ ਉਹ ਮੈਨੂੰ ਲੱਗਦਾ YouTube ਤੇ ਦੇਖ ਵੀ ਸਕਦੇ ਹੋ ਕਲਿੱਪ ਜੀ ਤਾਂ ਉਹ ਜਦੋਂ ਮੈਂ ਇਦਾਂ ਉਹਨਾਂ ਨੂੰ ਮਤਲਬ ਕੀਤਾ ਟੱਚ ਕੀਤਾ ਨਾ ਆਪਣੇ ਵੱਲੋਂ ਤਾਂ ਮੈਂ ਹਾਲੀ ਜੇ ਕੀਤਾ ਉਹ ਭਜਨਾ ਬਾਈ ਜੀ ਆ ਬੋਲ ਅੱਛਾ ਤੁਸੀਂ ਤਾਂ ਉਹਨੂੰ ਮਤਲਬ ਨਾ ਤਾਂ ਮੈਂ ਹੱਸ ਸਕਦੀ ਸੀ ਨਾ ਮੈਂ ਰੋ ਸਕਦੀ ਸੀ ਵੀ ਆ ਕੀ ਹੋ ਗਿਆ ਪਰ ਸਾਰੇ ਮਤਲਬ ਭਜਨਾਮਲੀ ਬਾਈ ਜੀ ਵੀ ਕਹਿੰਦੇ ਆ ਆਇਆ ਕਰੈਕਟਰ ਕਹਿੰਦੇ ਤੇਰੇ ਜਵਾਨ ਕਹਿੰਦੇ ਸਾਨੂੰ ਮਤਲਬ ਉਹ ਉਹ ਜਿਹੜੇ ਸਾਡੇ ਸੀਗੇ ਨਾ ਦਿਨ ਜੇ ਮਤਲਬ ਸਾਨੂੰ ਬੜਾ ਚੰਗਾ ਲੱਗਦਾ ਸੀਗਾ ਉਦੋਂ ਉਸ ਟਾਈਮ ਅਸੀਂ ਮਤਲਬ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਸ਼ੂਟਤੇ ਹੀ ਰਹਿੰਦੇ ਸੀਗੇ ਜੀ ਮੈਂ ਔਰ ਗੋਲੀਆ ਜੀ ਸਾਰੀ ਜਿੰਨੀ ਵੀ ਸਾਡੀ ਟੀਮ ਹੁੰਦੀ ਸੀ ਹੈਨਾ ਭਜਨਾਮਲੀ ਜੀ ਸੰਤੀ ਜੀ ਹੋਗੇ ਬੜੇ ਪਿਆਰ ਸਤਿਕਾਰ ਦੇ ਨਾਲ ਸਾਰੇ ਜਣੇ ਆਪਣੀ ਫੈਮਿਲੀ ਵਾਂਗੂ ਰਹਿੰਦੇ ਸੀ ਉਹ ਯਾਦਾਂ ਬਹੁਤ ਨੇ ਸਾਡੀਆਂ ਜੀ ਜਦੋਂ ਤੁਸੀਂ ਪ੍ਰੋਗਰਾਮ ਜਿਹੜੇ ਉਹ ਅਲੱਗ-ਅਲੱਗ ਤਰੀਕਿਆਂ ਨਾਲ ਲਾਉਨੇ ਹੋ ਤੁਸੀਂ ਲੇਡੀਜ਼ ਸੰਗੀਤ ਤੇ ਵੀ ਜਾਂਦੇ ਹੋ ਤੁਹਾਡੇ ਇਕੱਲਿਆਂ ਦੇ ਅਖਾੜੇ ਵੀ ਹੁੰਦੇ ਆ ਹਾਂਜੀ ਬਿਲਕੁਲ ਤੇ ਤੁਹਾਡੇ ਡਿਊਟ ਵੀ ਹੁੰਦੇ ਆ ਹੈਨਾ ਆਤਮਾਬਾਈ ਜੀ ਹੁਣਾਂ ਨਾਲ ਹਾਂਜੀ ਤੇ ਕਿਹੜੇ ਗੀਤ ਦੀ ਫਰਮਾਇਸ਼ ਹੈ ਜਦੋਂ ਤੁਸੀਂ ਲੇਡੀ ਸੰਗੀਤ ਤੇ ਹੁੰਨੇ ਹੋ ਕੁੜੀ ਦੇ ਵਿਆਹ ਤੇ ਮੁੰਡੇ ਦੇ ਵਿਆਹ ਤੇ ਕਿਉਂਕਿ ਇਹ ਸਾਡਾ ਇੱਕ ਸੱਭਿਆਚਾਰ ਹੈ ਨਾ ਹਾਂਜੀ ਹਾਂਜੀ ਅੱਜਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਇਨਾਂ ਚੀਜ਼ਾਂ ਤੋਂ ਪਰੇ ਐ ਹੰਡਰਡ ਟੈਚ ਐ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕੁੜੀ ਦੇ ਵਿਆਹ ਤੇ ਕੀ ਸੁੰਣਾ ਪਸੰਦ ਕਰਦੇ ਆ ਲੋਕ ਜਾਂ ਮੁੰਡੇ ਦੇ ਵਿਆਹ ਤੇ ਹਾਂਜੀ ਹਾਂਜੀ ਤੇ ਬਟ ਜਿਹੜੇ ਸਾਡੇ ਪੁਰਾਣੇ ਲੋਕ ਨੇ ਹੱਲੇ ਵੀ ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਨੇ ਉਹਨਾਂ ਨੂੰ ਹੱਲੇ ਵੀ ਇਹਨਾਂ ਚੀਜ਼ਾਂ ਦਾ ਪਤਾ ਹੈ ਹੈਨਾ ਤੇ ਕਿਸ ਤਰ੍ਹਾਂ ਦੀ ਫਰਮਾਇਸ਼ ਆਉਂਦੀ ਹੈ ਤੁਹਾਨੂੰ ਕੁੜੀ ਦੇ ਵਿਆਹ ਤੇ ਮੁੰਡੇ ਦੇ ਵਿਆਹ ਤੇ ਹਾਂਜੀ ਹਾਂ ਦੇਖੋ ਜੀ ਕੁੜੀ ਦੇ ਵਿਆਹ ਤੇ ਜਿਵੇਂ ਆਪਾਂ ਪਹਿਲਾਂ ਸੁਹਾਗ ਗਾਉਨੇ ਜੀ ਸੁਹਾਗਾਂ ਦੀ ਫਰਮਾਇਸ਼ ਆਉਂਦੀ ਹੈ ਬੜੇ ਪਿਆਰ ਦੇ ਨਾਲ ਸੁਣਦੇ ਨੇ ਸਾਰੇ ਜਿਵੇਂ ਮੈਂ ਤੁਹਾਨੂੰ ਸੁਣਾਇਆ ਸੀਗਾ ਉੱਚੀ ਟਾਲੀ ਹੈਨਾ ਮਾਮਾ ਤੀਆਂ ਦੀ ਗੱਲ ਕੀਤੀ ਸੀ ਆਪਾਂ ਜੀ ਇਹ ਜਿੱਦਾਂ ਹੋਰ ਵੀ ਸੁਹਾਗ ਬਹੁਤ ਨੇ ਜਿਹੜੇ ਮੈਂ ਹਮੇਸ਼ਾ ਗਾਉਣੀ ਆ ਮੈਂ ਸੁਣਾਉਣੀ ਆ ਤੁਹਾਨੂੰ ਜੀ ਨਹੀਂ ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਬਾਰ ਬਾਬਲ ਵਰ ਟੋਲੀਏ ਨੀਤੀਏ ਕਹਿੋ ਜਿਆ ਬਰ ਟੋਲੀਏ ਨੀਤੀਏ ਕਹਿੋ ਜਿਆ ਬਰ ਟੋਲੀਏ ਚਨਾ ਵਿੱਚੋਂ ਚਨ ਤਾਰਿਆਂ ਵਿੱਚੋਂ ਤਾਰਾ ਕਨਈਆ ਵਾਰ ਟੋਲੀਏ ਬਾਬਲ ਐ ਹੋ ਜਿਆ ਵਾਰ ਟੋਲੀਏ ਵੇ ਬਾਬਲ ਐ ਹੋ ਜਿਆ ਵਰ ਟੋਲੀਏ ਕੀ ਬਾਤ ਹੈ ਬਹੁਤ ਹੀ ਖੂਬਸੂਰਤ ਤੇ ਮੁੰਡੇ ਦੇ ਵਿਆਹ ਤੇ ਜਣੀਆਂ ਘੋੜੀਆਂ ਹੁੰਦੀਆਂ ਨੇ ਹਾਂਜੀ ਤੇ ਘੋੜੀਆਂ ਵੀ ਸੁਣਦੇ ਨੇ ਤੁਹਾਡੇ ਤੋਂ ਬਿਲਕੁਲ ਜੀ ਬਿਲਕੁਲ ਚਲੋ ਘੋੜੀ ਵੀ ਸੁਣਾਓ ਹਾਂ ਜਰੂਰ ਜੀ ਜਰੂਰ ਆਪਾਂ ਵਿਆਹੀ ਰਾਚ ਲੈਣਾ ਪੁਰਾਤ ਹੈ ਸੋ ਘੋੜੀਆਂ ਜਿੱਦਾਂ ਫਰਮਾਇਸ਼ ਬਹੁਤ ਹੁੰਦੀ ਹੈ ਹੂੰ ਹੋ ਜਦੋਂ ਲੱਗੀਆਂ ਵੀਰਾਂ ਤੈਨੂੰ ਮਾਈਆਂ ਵੇ ਤੇਰੀ ਮਨੂ ਮਿਲਣ ਵਦਾਈਆਂ ਵੇ ਲਟਕਿੰਦੇ ਵਾਲ ਸੁਨੇਂਦੇ ਸੋਣਿਆ ਵੀਰਾਂ ਮੈਂ ਤੈਨੂੰ ਕੋੜੀ ਛੜੇ ਨੀ ਆ ਹੂੰ ਫੋਣਿਆ ਵੀਰਾ ਮੈਂ ਤੈਨੂੰ ਕੋੜੀ ਛੜੇ ਨੀ ਆ ਹੋ ਜਦੋਂ ਚੜਿਆ ਵੀਰਾ ਤੂੰ ਕੋੜੀ ਵੇ ਤੇਰੇ ਨਾਲ ਪਰਵਾਦੀ ਜੋੜੀ ਵੇ ਲਟਕੇ ਲ ਸੁਨੇਂਦੇ ਸੋਨਿਆ ਵੀਰਾ ਮੈਂ ਤੈਨੂੰ ਕੋੜੀ ਚੜੇਨੀਆ ਸੋਨਿਆ ਵੀਰਾ ਮੈਂ ਤੈਨੂੰ ਕੋੜੀ ਚੜੇਨੀਆ ਬਹੁਤ ਹੀ ਖੂਬਸੂਰਤ ਬਹੁਤ ਹੀ ਸੋਨਾ ਥੈਂਕ ਯੂ ਤੇ ਜਦੋਂ ਤੁਸੀਂ ਪ੍ਰੋਗਰਾਮ ਲਾਉਣੇ ਹੋ ਹੈਨਾ ਇੱਕ ਤਾਂ ਤੁਸੀਂ ਅ ਅਖਾੜਾ ਕਰਕੇ ਆਉਣੇ ਹੋ ਡਿਊਟ ਬਿਲਕੁਲ ਹੈਨਾ ਤੇ ਇੱਕ ਤੁਸੀਂ ਇੱਧਰ ਆ ਜਾਨੇ ਹੋ ਫਿਰ ਲੇਡੀ ਸੰਗੀਤ ਵੱਲ ਆ ਜਾਨੇ ਹੋ ਤੇ ਕਈ ਵਾਰੀ ਬਾਈ ਮਿਸਟੇਕ ਕੋਈ ਉਹ ਵਾਲਾ ਗੀਤ ਉੱਥੇ ਤੇ ਉਹ ਵਾਲਾ ਗੀਤ ਉੱਥੇ ਨਹੀਂ ਨਿਕਲਦਾ ਨਹੀਂ ਐਦਾਂ ਤਾਂ ਨਹੀਂ ਹੋਣਾ ਕਿਉਂਕਿ ਪਰਮਾਤਮਾ ਵੱਲੋਂ ਬਖਸ਼ਿਸ਼ ਹੀ ਪਤਾ ਨਹੀਂ ਐਦਾਂ ਦੀ ਹੋਈ ਹੋਈ ਹੈ ਹੈਨਾ ਤਾਂ ਉਹ ਮੈਟਰ ਸਾਰਾ ਉਦਾਂ ਹੀ ਮਾਈਂਡ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਜਾ ਕੇ ਆਪਣਾ ਹੀ ਸਮਝੀਦਾ ਆ ਕਿ ਅਸੀਂ ਆਪਣੀ ਆਏ ਹੋਏ ਆ ਵੀ ਕਿਤੇ ਕੋਈ ਹੋਰ ਜਗ੍ਹਾ ਤੇ ਨਹੀਂ ਆਏ ਅਸੀਂ ਆਪਣੇ ਵਿਆਹਾਂ ਤੇ ਆ ਬੜਾ ਚੰਗਾ ਲੱਗਦਾ ਉੱਥੇ ਜਾ ਕੇ ਮਤਲਬ ਇਦਾਂ ਕਦੇ ਨਹੀਂ ਹੋਈ ਮਿਸਟੇਕ ਇਦਾਂ ਵੀ ਜਾਂ ਮੈਂ ਜਾ ਕੇ ਖਾੜੇ ਵਾਲਾ ਗੀਤ ਉੱਥੇ ਗਾਤਾ ਹੋਵੇ ਹਾਂ ਫਰਮਾਇਸ਼ ਜ਼ਰੂਰ ਆ ਜਾਂਦੀ ਹੈ ਜਿਹੜਾ ਤੁਸੀਂ ਖਾੜੇ ਤੇ ਗਾ ਕੇ ਆਏ ਹੋ ਅਸੀਂ ਲਾਈਵ ਦੇਖਿਆ ਉਹ ਸੁਣਾ ਦਿਓ ਸਾਨੂੰ ਜੀ ਜੀ ਹਾਂਜੀ ਤਿੱਕ ਦੇ ਅਖਾੜੇ ਤੇ ਫਰਮਾਇਸ਼ ਆਈ ਹੈ ਵੀ ਜਿਹੜਾ ਤੁਸੀਂ ਉੱਥੇ ਗਾ ਕੀ ਹੈ ਹਾਂਜੀ ਬਿਲਕੁਲ ਜੀ ਜਦੋਂ ਮੈਂ ਮਤਲਬ ਜਿਵੇਂ ਸੋਲੋ ਹੁੰਦੇ ਆ ਜੋੜ ਦੇ ਵਿੱਚ ਤਾਂ ਚਲੋ ਉਹਨਾਂ ਦਾ ਅੰਦਾਜ਼ ਹੁੰਦਾ ਗੀਤ ਉਹਨਾਂ ਦੇ ਬਾਈ ਜੀ ਦੇ ਉਹਨਾਂ ਦੇ ਬਹੁਤ ਸੋਹਣੇ ਹੁੰਦੇ ਆ ਲੋਕੀ ਪਸੰਦ ਕਰਦੇ ਨੇ ਹੈਨਾ ਜਦੋਂ ਮੈਂ ਸੋਲੋ ਗੋਨੀਆ ਸੋਲੋ ਮੇਰਾ ਖਾੜਾ ਹੁੰਦਾ ਹੈ ਹੈਨਾ ਤਾਂ ਉਦੋਂ ਹਮੇਸ਼ਾ ਫਰਮਾਇਸ਼ ਆਉਂਦੀ ਹੈ ਵੀ ਇੱਕ ਵਾਰੀ ਉਹ ਤੁਸੀਂ ਜ਼ਰੂਰ ਸੁਣਾ ਕੇ ਜਾਓ ਸੁਹਾਗ ਦੀ ਹਮੇਸ਼ਾ ਜਦੋਂ ਮੈਂ ਮਾਵਾਂ ਧੀਆ ਦਾ ਜਿਹੜਾ ਗੋਨੀਆ ਹੈ ਹੈਨਾ ਉਹ ਫਰਮਾਇਸ਼ ਜ਼ਰੂਰ ਆਉਂਦੀ ਹੈ ਵੀ ਉਹ ਤੁਸੀਂ ਜ਼ਰੂਰ ਸੁਣਾਓ ਘੋੜੀ ਇਸ ਘੋੜੀ ਨੂੰ ਬਹੁਤ ਗਰੀਆਂ ਆ ਚਲੋ ਫੇਰ ਕਿਤੇ ਸੁਆਬ ਮਿਲਿਆ ਸਾਰੀਆਂ ਸੁਣਾਵਾਂਗੇ ਆਪਾਂ ਜੀ ਜੀ ਹਾਂਜੀ ਤੇ ਜਦੋਂ ਤੁਸੀਂ ਬਾਈ ਜੀ ਹੁਣਾਂ ਨਾਲ ਹੁੰਨੇ ਹੋ ਤੇ ਫੇਰ ਕਿਹੜੇ ਡਿਊਟ Song ਦੀ ਫਰਮਾਇਸ਼ ਜ਼ਿਆਦਾ ਆਉਂਦੀ ਹੈ ਹਾਂ ਡਿਊਟ ਦੇਖੋ ਜੀ ਸਾਰੇ ਉਹਨਾਂ ਦੇ Song ਚੱਲੇ ਹੋਏ ਨੇ ਤੇ ਮੈਕਸਿਮਮ ਜਿਵੇਂ ਚਮਚਾਣਾ ਸ਼ਰਾਬਾ ਹੋ ਗਿਆ ਚਾਹ ਵਾਲਾ Song ਹੋ ਗਿਆ ਸਾਡਾ ਜਿਹੜਾ ਲੋਕ ਸੱਚ ਹੋ ਗਿਆ ਇਹਦੀ ਫਰਮਾਇਸ਼ ਬਹੁਤ ਆਉਂਦੀ ਹੈ ਜੀ ਹਾਂਜੀ ਤੇ ਇੱਕ ਨਾ ਇਹ ਹੁੰਦਾ ਕਿ ਜਿਹੜੀਆਂ ਡਿਊਟ ਜੋੜੀਆਂ ਹੁੰਦੀਆਂ ਨੇ ਉਹਨਾਂ ਨੂੰ ਦੇਖਣ ਦਾ ਨਜ਼ਰੀਆ ਹਰ ਇੱਕ ਬੰਦੇ ਦਾ ਅਲੱਗ-ਅਲੱਗ ਹੁੰਦਾ ਆ। ਹੂੰ ਕੀ ਤੇ ਤੁਹਾਡੇ ਹਿਸਾਬ ਨਾਲ ਲੋਕ ਡਿਊਟ ਜੋੜੀ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ? ਦੇਖੋ ਜੀ ਇਹ ਆਪਣੀ ਆਪਣੀ ਸੋਚ ਹੈ। ਹੂੰ ਕਿ ਆਪਾਂ ਨੂੰ ਕਿਸੇ ਨੇ ਆਪਣੇ ਬਾਰੇ ਕੀ ਸੋਚਣਾ ਪਰ ਜਦੋਂ ਅਸੀਂ ਵੀਚੜਦੇ ਆ ਸਾਨੂੰ ਉਦੋਂ ਪਤਾ ਲੱਗਦਾ ਕਿਸੇ ਇਨਸਾਨ ਦੇ ਨਾਲ ਕੋਈ ਵੀ ਇਨਸਾਨ ਹੈ ਆਪਾਂ ਕਿਸੇ ਤੇ ਲਾ ਕੇ ਗੱਲ ਨਹੀਂ ਕਰਦੇ ਜਦੋਂ ਅਸੀਂ ਉਹਨਾਂ ਦੇ ਨਾਲ ਵੀਚੜਦੇ ਆ ਤਾਂ ਸਾਨੂੰ ਤਾਂ ਪਤਾ ਲੱਗਦਾ ਵੀ ਕੀ ਹੈ। ਜੀ ਜੇ ਹੁਣ ਮੰਨ ਕੇ ਚੱਲੋ ਜੇ ਮੈਨੂੰ ਚਲੋ ਜੋੜੀਆਂ ਬਾਰੇ ਜ਼ਿਆਦਾ ਨੌਲੇਜ ਨਹੀਂ ਹੈਗੀ ਮੈਨੂੰ ਤਾਂ ਚਲੋ ਮੈਂ ਬਾਈ ਜੀ ਦੇ ਨਾਲ ਕੰਮ ਕਰਦੀ ਆ ਜਾਂ ਮੈਂ ਸ਼ਰੀਫ ਬਾਈ ਜੀ ਦੇ ਨਾਲ ਕੰਮ ਕੀਤਾ ਹੈ ਨਾ ਪਹਿਲਾਂ 2 ਸਾਲ ਤਾਂ ਉਹਨਾਂ ਦੇ ਨਾਲ ਵੀ ਸਾਡਾ ਬਹੁਤ ਅੱਛਾ ਤਰੀਕੇ ਦੇ ਨਾਲ ਸੀਗਾ ਲੋਕੀ ਜੋ ਮਰਜ਼ੀ ਕਹਿਣ ਚਾਹੇ ਅੱਜ ਅਸੀਂ 100 ਬੰਦੇ ਦੇ ਵਿੱਚ ਆ ਤਾਂ ਅਸੀਂ 100 ਬੰਦੇ ਦੇ ਵਿੱਚ ਵੀ ਤਾਰੀਫ ਕਰਾਂਗੇ ਕਿ ਅਸੀਂ ਉਸ ਇਨਸਾਨ ਦੇ ਨਾਲ ਬਹੁਤ ਵਧੀਆ ਕੰਮ ਕੀਤਾ ਜੇ ਅੱਜ ਅਸੀਂ ਹੁਣ ਆਤਮਾ ਬਾਈ ਜੀ ਦੇ ਨਾਲ ਗੱਲ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਕਦੇ ਕਿਸੇ ਨੇ ਇਹ ਗੱਲ ਕਹੀ ਹੋਵੇ ਵੀ ਮੈਂ ਆਪਣੀ ਭੈਣ ਦੇ ਨਾਲ ਡਿਊਡ ਸਟੇਜਾਂ ਲਾ ਰਿਆਂ ਕਿਉਂਕਿ ਕਿਸੇ ਨੂੰ ਭੈਣ ਕਹਿਣਾ ਵੀ ਬਹੁਤ ਔਖਾ ਤੇ ਭਰਾ ਬਣਾਉਣਾ ਵੀ ਬਹੁਤ ਔਖਾ ਹੈਨਾ ਤਾਂ ਇਹ ਚੀਜ਼ ਮੈਂ ਮੈਂ ਤਾਂ ਖੁਸ਼ ਨਸੀਬ ਸਮਝਦੀ ਆ ਆਪਣੇ ਆਪ ਨੂੰ ਵੀ ਮੈਂ ਇਹ ਰਿਸ਼ਤੇ ਦੇ ਵਿੱਚ ਰਹਿ ਕੇ ਉਹਨਾਂ ਦੇ ਨਾਲ ਕੰਮ ਕਰ ਰਹੀ ਆ ਹੈਨਾ ਤਾਂ ਬਹੁਤ ਖੁਸ਼ੀ ਮਿਲਦੀ ਆ ਪਰਿਵਾਰ ਬਹੁਤ ਖੁਸ਼ ਹੈ ਮੇਰਾ ਹੂੰ ਬਹੁਤ ਪ੍ਰਾਊਡ ਕਰਦੇ ਨੇ ਮੇਰੇ ਤੇ ਵੀ ਅਗਰ ਜੇ ਤੁਹਾਡੇ ਵਿੱਚ ਕੁਝ ਹੈ ਤਾਂ ਤੁਹਾਨੂੰ ਤਾਂ ਲੋਕੀ ਰਿਸ਼ਤਾ ਦਿੰਦੇ ਨੇ ਵੀ ਹਾਂ ਇਹ ਸਾਡਾ ਆ ਰਿਸ਼ਤਾ ਆ ਭੈਣ ਭਰਾਵਾਂ ਦਾ ਹੈ ਨਾ ਤਾਂ ਚਾਹੇ ਆਤਮਾ ਬਾਈ ਜੀ ਹੈ ਤਾਂ ਮੈਨੂੰ ਮਤਲਬ ਇਹ ਚੀਜ਼ ਮੈਨੂੰ ਤਾਂ ਆਪਣੇ ਨਜ਼ਰੀਏ 'ਚ ਮੈਂ ਦੇਖਾਂ ਤਾਂ ਮੈਨੂੰ ਕੋਈ ਮਾੜਾ ਨਹੀਂ ਲੱਗਦਾ ਚਾਹੇ ਮੈਂ ਡਿਊ ਟੇਜ ਲਾਉਣੀ ਆ ਚਾਹੇ ਸੋਲੋ ਲਾਉਣੀ ਆ ਕਿਉਂਕਿ ਮੈਨੂੰ ਮੇਰਾ ਕੰਮ ਤੇ ਫੋਕਸ ਹੈ ਤੇ ਜਿਹੜੇ ਰਿਸ਼ਤੇ ਅਸੀਂ ਉਹਨਾਂ ਨੂੰ ਮਾਇਨੇ ਦੇ ਵਿੱਚ ਰੱਖਣਾ ਵੀ ਸਾਡੇ ਜਿਹੜੇ ਰਿਸ਼ਤੇ ਦੀ ਅਹਿਮੀਅਤ ਉਹ ਕਿੱਥੇ ਜਾਂਦੀ ਹੈ ਜੀ ਬਿਲਕੁਲ ਹੈ ਨਾ ਹੂੰ ਕੀ ਕਹਿਣਾ ਚਾਹੋਗੇ ਮੈਮ ਤੁਸੀਂ ਆਪਣੇ ਸਰੋਤਿਆਂ ਨੂੰ ਤੇ ਸਾਡੇ ਦਰਸ਼ਕਾਂ ਨੂੰ ਹਾਂਜੀ ਮੈਂ ਸਰੋਤਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਚੰਗਾ ਸੁਨੋ ਹਮੇਸ਼ਾ ਜੀ ਔਰ ਆਪਣੇ ਆਪ ਨੂੰ ਵੀ ਮੈਂ ਇਹੀ ਕਹਨੀ ਆ ਕਲਾਕਾਰਾਂ ਨੂੰ ਵੀ ਮੈਂ ਇਹੀ ਕਹਨੀ ਆ ਵੀ ਹਮੇਸ਼ਾ ਜੇ ਅਸੀਂ ਚੰਗਾ ਗਾਵਾਂਗੇ ਜੀ ਤੇ ਤਾਂ ਹੀ ਸਾਡੇ ਸਰੋਤੇ ਚੰਗਾ ਸੁਣਾਣਗੇ ਜੀ ਬਿਲਕੁਲ ਹੈ ਨਾ ਤੇ ਬਾਕੀ ਸੱਚ ਦੇ ਵਿੱਚ ਤਾਕਤ ਹੁੰਦੀ ਹੈ ਤਾਕਤ ਹੁੰਦੀ ਹੈ ਜੀ ਤੇ ਧੰਨਵਾਦ ਕਰਦੀ ਆ ਮੈਂ ਸਰੋਤਿਆਂ ਦਾ ਮੈਨੂੰ ਇੰਨਾ ਪਿਆਰ ਬਖਸ਼ਦੇ ਆ ਤੇ ਹਮੇਸ਼ਾ ਹੀ ਮੈਂ ਕਹਿੰਨੀ ਆ ਵੀ ਇਦਾਂ ਹੀ ਮੈਨੂੰ ਪਿਆਰ ਬਖਸ਼ਦੇ ਰਹੋ ਤੇ ਮੈਂ ਇਦਾਂ ਹੀ ਸੱਭਿਆਚਾਰ ਦਾਇਰੇ ਦੇ ਵਿੱਚ ਰਹਿ ਕੇ ਤੁਹਾਡੀ ਸੇਵਾ ਕਰੀ ਜਾਵਾਂ ਤੇ ਦਿਲੋਂ ਧੰਨਵਾਦ ਹੈ ਤੁਹਾਡਾ ਵੀ ਸਾਰਿਆਂ ਦਾ ਸਾਰੀ ਟੀਮ ਦਾ ਰਗ ਪੰਜਾਬ ਜੋ ਇੱਥੇ ਪਹੁੰਚੇ ਨੇ ਜੀ ਹਾਂਜੀ ਬਹੁਤ ਵਧੀਆ ਲੱਗਿਆ ਮੈਮ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਜਾਣ ਕੇ ਕਿ ਕਾਫੀ ਅੱਛੀ ਆਵਾਜ਼ ਹੈ ਤੁਹਾਡੀ ਦਮ ਹੈ ਤੁਹਾਡੀ ਆਵਾਜ਼ ਦੇ ਵਿੱਚ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਜੋ ਵੀ ਤੁਸੀਂ ਸੁਪਨਾ ਦੇਖਿਆ ਹੋਇਆ ਹੈ ਤੇ ਉਹਨੂੰ ਜਲਦੀ ਪੂਰਾ ਕਰੋ ਛੇਤੀ ਪੂਰਾ ਕਰੋ ਗਾਇਕੀ ਦਾ ਸ਼ੌਂਕ ਹੈ ਜਿਹੜਾ ਤੁਹਾਡਾ ਕਦੇ ਛੁੱਟੇ ਨਾ ਤੇ ਅਸੀਂ ਤੁਹਾਡੇ ਤੋਂ ਚੰਗੇ ਚੰਗੇ ਗੀਤ ਘੋੜੀਆਂ ਜਿਹੜੇ ਹੈਗੇ ਆ ਉਹ ਸੁਣਦੇ ਰਹੀਏ ਤੇ ਇਹ ਸਾਡੇ ਨਾਲ ਸੀਗੇ ਮੈਮ ਐਸਕੋਰ ਉਮੀਦ ਕਰਦੇ ਆ ਤੁਹਾਨੂੰ ਇਹਨਾਂ ਨਾਲ ਕੀਤੀ ਹੋਈ ਗੱਲਬਾਤ ਮੁਲਾਕਾਤ ਬਹੁਤ ਵਧੀਆ ਲੱਗੀ ਹੋਵੇਗੀ ਤੇ ਇਹ ਵੀ ਉਮੀਦ ਕਰਦੇ ਆ ਕਿ ਤੁਹਾਡੇ ਵੱਲੋਂ ਕਾਫੀ ਪਰਵਾਹ ਹੋਂਗਾਰਾ ਮਿਲੇਗਾ ਸੋ ਜਾਂਦੇ ਜਾਂਦੇ ਇਹੀ ਕਹਿਣਾ ਚਾਹਾਂਗੇ ਕਿ ਕੋਈ ਮੈਨੂੰ ਕਾਫਰ ਆਖੇ ਕੋਈ ਆਖੇ ਛੱਲਾ ਮੈਂ ਮੰਦਰ ਦੇ ਵਿੱਚ ਬੈਠ ਕੇ ਗੁਰਮੁਖੀ ਦੇ ਵਿੱਚ ਲਿਖ ਬੈਠਾ ਅੱਲਾ ਸੋ ਸਾਰਿਆਂ ਨੂੰ ਮੇਰੇ ਵੱਲੋਂ ਸ਼ਬਾ ਖੈਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਮੈਨੂੰ ਦਿਓ ਇਜਾਜ਼ਤ ਅਗਲੀ ਵਾਰ ਮਿਲਦੇ ਹਾਂ ਕਿਸੇ ਹੋਰ ਕਲਾਕਾਰ ਦੇ